ਜਿਨ੍ਹਾਂ ਨੇ ਕਾਨੂੰਨ ਹੱਥ ਦੇ ਵਿੱਚ ਲਿਆ ਉਹਨਾਂ ਦੇ ਨਾਲ ਨਾਲ ਸੈਕਟਰੀ ਤੇ ਜਿਹੜਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਆ ਖਾਸ ਕਰਕੇ ਡੀਡੀਪੀਓ ਤੇ ਵੀ ਪਰਚਾ ਦਰਜ ਕਰਨਾ ਚਾਹੀਦਾ। ਸਮੱਸਿਆ ਇਹ ਆ ਵੀ ਉਹ ਰਿਮਾਂਡ ਕੀਤਾ ਗਿਆ, ਰਿਮਾਂਡ ਕੀਤਾ ਗਿਆ, ਫੈਸਲਾ ਕੋਈ ਨਹੀਂ ਉਹਨੇ ਕਰਾਇਆ। ਜੋ ਕੁਛ ਹੋਇਆ ਚਾਹੇ ਉਹ ਅਕਾਲੀ ਦਲ ਦਾ ਜ਼ਿਲ੍ਹਾ ਜਥੇਦਾਰ ਸੀ, ਉਹਨਾਂ ਨੇ ਮਾੜਾ ਕੀਤਾ, ਕਾਨੂੰਨ ਨੂੰ ਹੱਥ ਨਹੀਂ ਲੈਣਾ ਚਾਹੀਦਾ ਸੀ, ਉਹਨਾਂ ਨੂੰ ਪੁਲਿਸ ਪਾਸ ਜਾਣਾ ਚਾਹੀਦਾ ਸੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਸਰਗਰਮੀਆਂ। ਪੰਜਾਬੀ ਸਰਗਰਮੀਆਂ ਦੇ ਤਹਿਤ ਅੱਜ ਬੜਾ ਇੰਪੋਰਟੈਂਟ ਵਿਸ਼ਾ ਹੈ ਜਿਸ ਵਿਸ਼ੇ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ। ਔਰ ਕੱਲ੍ਹ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਦੇ ਚਰਨਾਰਥਲ ਖੁਰਦ ਦੇ ਵਿੱਚ ਕੁਛ 6 ਵਜੇ ਦੇ ਕਰੀਬ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ, ਪੰਚਾਇਤੀ ਜ਼ਮੀਨ ਨੂੰ ਲੈ ਕੇ ਚੱਲੀਆਂ ਨੇ। ਔਰ ਜਦੋਂ ਗੋਲੀਆਂ ਚੱਲੀਆਂ ਜੋ ਪਿੰਡ ਦਾ ਮਾਹੌਲ ਸੀ, ਮੈਂ ਉਸ ਦਹਿਸ਼ਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਔਰ ਇਸ ਗੋਲੀਬਾਰੀ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ ਔਰ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਪਏ ਨੇ। ਆਖਿਰ ਪੰਚਾਇਤੀ ਜ਼ਮੀਨ ਇਹਨਾਂ ਦਿਨਾਂ ਵਿੱਚ ਕਿਉਂ ਵਾਇਰਲ ਹੋ ਰਹੀ ਆ? ਕੁਛ ਇੱਕ ਨੇਤਾ ਜਿਹੜੇ ਕਿ ਮਤਲਬ ਕਹਿ ਸਕਦੇ ਹਾਂ ਕਿ ਗੱਲਾਂ ਦੇ ਵਿੱਚ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਸਮਾਜ ਦੀ ਬਿਹਤਰੀ ਲਈ ਔਰ ਪਰਿਵਾਰਕ ਬਿਹਤਰੀ ਦੀਆਂ ਕਰਦੇ ਨੇ, ਲੇਕਿਨ ਕਿਤੇ ਨਾ ਕਿਤੇ ਕਰਨੀ ਔਰ ਕਥਨੀ ਦੇ ਵਿੱਚ ਉਸ ਵੇਲਾ ਫਰਕ ਮਹਿਸੂਸ ਹੁੰਦਾ ਹੈ ਜਦੋਂ ਪਤਾ ਲੱਗਦਾ ਕਿ ਆਹ ਕੰਮ ਹੋ ਗਿਆ। ਔਰ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਥੇਦਾਰ ਇੱਕ ਉਹ ਜ਼ਿੰਮੇਵਾਰ ਵਾਲੀ ਪੋਸਟ ਹੈ ਜਿਸ ਨੂੰ ਸਾਰੇ ਸਲਾਮ ਕਰਦੇ ਨੇ ਔਰ ਜਿਸ ਦੀ ਰਿਸਪੈਕਟ ਹੁੰਦੀ ਹੈ। ਔਰ ਇੱਥੋਂ ਤੱਕ ਵੀ ਮੰਗ ਕੀਤੀ ਜਾ ਰਹੀ ਹੈ, ਗੱਲ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਜਥੇਦਾਰ ਦਾਅਵੇਦਾਰੀ ਦੀ, MLA ਦੀ ਟਿਕਟ ਦੀ ਦਾਅਵੇਦਾਰੀ ਵੀ ਪੇਸ਼ ਕਰ ਰਹੇ ਸਨ। ਔਰ ਇੱਕ ਬਹੁਤ ਹੀ ਮਕਬੂਲ ਪਾਰਟੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਨਜ਼ਦੀਕੀਆਂ ਵਿੱਚੋਂ ਇੱਕ ਮੰਨੇ ਜਾਂਦੇ ਨੇ, ਔਰ ਜਿਨ੍ਹਾਂ ਦੇ ਲੜਕਿਆਂ ਨੇ ਸ਼ਰੇਆਮ ਗੋਲੀ ਚਲਾਈ ਹੈ ਔਰ ਉਸ ਗੋਲੀਬਾਰੀ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਅਤੇ 4 ਲੋਕ ਬੁਰੀ ਤਰ੍ਹਾਂ ਜ਼ਖਮੀ ਨੇ। ਅੱਜ ਜੇ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਮਾਹੌਲ ਸੱਚਮੁੱਚ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਕਿਸ ਤਰ੍ਹਾਂ ਦਹਿਸ਼ਤ ਦਾ ਬਣਿਆ ਹੋਇਆ ਹੈ। ਪਿੰਡ ਦੇ ਵਿੱਚ ਲੋਕ ਤਰਾ ਤਰਾ ਡਰੇ ਹੋਏ ਨੇ ਕਿ ਆਖਰ ਭਵਿੱਖ ਦੇ ਵਿੱਚ ਹੋਇਆ ਕੀ ਹੋਵੇਗਾ। ਲੇਕਿਨ ਅਸਲ ਵਿੱਚ ਉਹ ਕਿਹੜੀ 3 ਕਨਾਲ ਜ਼ਮੀਨ ਸੀਗੀ ਜਿਸ ਜ਼ਮੀਨ ਨੂੰ ਟਰਾਂਸਫਰ ਕਰਵਾਇਆ ਗਿਆ? ਕੀ ਉਹ ਜ਼ਮੀਨ ਟਰਾਂਸਫਰ ਹੋ ਸਕਦੀ ਸੀ? ਕੀ ਉਸ ਜ਼ਮੀਨ ਦਾ ਮਾਨ ਜੋ ਕੋਰਟ ਦੇ ਵਿੱਚ ਜੋ ਕੇਸ ਚੱਲ ਰਿਹਾ ਸੀ ਉਸਦੇ ਦੌਰਾਨ ਬੋਲੀ ਹੋ ਸਕਦੀ ਸੀ? ਬੜੇ ਸਾਰੇ ਜ਼ਹਿਨ ਨੇ ਔਰ ਜਿਹੜੀਆਂ ਗੋਲੀਆਂ ਚੱਲੀਆਂ, ਇੱਕ ਨਹੀਂ ਜਿਸ ਤਰ੍ਹਾਂ ਦਾ ਮਾਹੌਲ ਸੀ, ਇੱਕ ਨਹੀਂ ਬਲਕਿ ਹੋਰ ਲੋਕ ਵੀ ਆਪਣੀ ਜਾਨ ਤੋਂ ਜਾ ਸਕਦੇ ਸਨ। ਇਹ ਤਾਂ ਉਸ ਮਾਲਕ ਨੇ ਰੱਖ ਲਿਆ ਕਿ ਇੱਕ ਸ਼ਖਸ ਨੇ ਮਤਲਬ ਜਾਨ ਦੇ ਦਿੱਤੀ, ਬਾਕੀ ਪੂਰੀ ਤਰ੍ਹਾਂ ਜ਼ਖਮੀ ਹੋ ਗਏ, ਪਤਾ ਨਹੀਂ ਉੱਥੇ ਕੀ ਹੋਣ ਵਾਲਾ ਸੀ। ਅੱਜ ਇਸੇ ਵਿਸ਼ੇ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਕਾਂਗਰਸ ਪਾਰਟੀ ਨੂੰ ਰਿਪ੍ਰਜੈਂਟ ਕਰ ਰਹੇ ਨੇ ਗੁਰਪ੍ਰੀਤ ਸਿੰਘ ਲਾਲੀ ਜੀ, ਜੋ MC ਦੇ ਤੌਰ 'ਤੇ ਆਵਾਮ ਦੀ ਸੇਵਾ ਵਿੱਚ ਲੱਗੇ ਹੋਏ ਨੇ। ਗੁਰਪ੍ਰੀਤ ਜੀ ਲਾਲੀ ਜੀ ਬੈਠੇ ਹੋਏ ਨੇ ਔਰ ਸਾਡੇ ਨਾਲ ਹਰ ਰੋਜ਼ ਤੁਸੀਂ ਵੇਖਦੇ ਹੋ ਮੇਰੇ ਨਾਲ ਇੰਟਰਵਿਊਜ਼ ਦੇ ਦੌਰਾਨ ਤਰਲੋਚਨ ਸਿੰਘ ਲਾਲੀ ਜੀ ਵੀ ਅੱਜ ਇਸ ਇੰਟਰਵਿਊ ਦਾ ਹਿੱਸਾ ਬਣੇ ਹੋਏ ਨੇ ਔਰ ਅਸੀਂ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਆਖਰ ਇਸ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਜਿਹੜਾ ਪੈਦਾ ਕਰਦੇ ਆ ਕੁਛ ਇੱਕ ਲੋਕ ਜਿਨ੍ਹਾਂ ਦੇ ਵਿੱਚ ਕੁਛ ਇੱਕ ਪ੍ਰਸ਼ਾਸਨ ਦੇ ਲੋਕ ਵੀ ਨੇ, ਉਹ ਕਿਉਂ ਸਾਰਾ ਕੁਛ ਹੋ ਰਿਹਾ ਹੈ? ਸਭ ਤੋਂ ਪਹਿਲਾਂ ਸਵਾਗਤ ਹੈ ਸਰ ਤੁਹਾਡਾ। ਲਾਲੀ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਆ ਰਿਹਾ, ਕੱਲ੍ਹ ਜੋ ਹੋਇਆ ਕੀ ਉਹ ਹੋਣਾ ਚਾਹੀਦਾ ਸੀ? ਕੀ ਇਸ ਤਰ੍ਹਾਂ ਦੇ ਮਾਹੌਲ ਨੂੰ ਕ੍ਰੀਏਟ ਕਰਨ ਤੋਂ ਬਾਅਦ ਆਖਰ ਉਸਦਾ ਕੀ ਕਹਿ ਸਕਦੇ ਹਾਂ ਕਿ ਮਤਲਬ ਸੋਚ ਕੀ ਹੋ ਸਕਦੀ ਹੈ ਉਸ? ਦੇਖੋ, ਜੋ ਕੁਛ ਵਾਪਰਿਆ ਚਰਨਾਥਲ, ਛੋਟਾ ਚਰਨਾਥਲ ਵੀ ਅਸੀਂ ਕਹਿ ਦਿੰਦੇ ਹਾਂ ਅਤੇ ਲੋਕਲ ਲੈਂਗੁਏਜ ਦੇ ਵਿੱਚ ਅਸੀਂ ਆਮ ਛੋਟਾ ਚਰਨਾਥਲੀ ਉਹਨੂੰ ਕਹਿੰਦੇ ਹਾਂ, ਉਹ ਜਿਨ੍ਹਾਂ ਨੇ ਗੋਲੀ ਕਾਂਡ ਕੀਤਾ ਉਹ ਵੀ ਜ਼ਿੰਮੇਵਾਰ ਵਿਅਕਤੀ ਸੀ। ਜ਼ਿਲ੍ਹਾ ਜਥੇਦਾਰ ਦੀ ਪਾਰਟੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਹੁੰਦੀ ਆ ਅਤੇ ਉਹਦੇ ਜਿਹੜੇ ਅੰਡਰ ਦੇ ਵਿੱਚ ਸਾਰਾ ਜ਼ਿਲ੍ਹਾ ਹੁੰਦਾ ਅਤੇ ਉਹ 2-3 MLAਆਂ ਨੂੰ ਵੀ ਜਿਹੜਾ ਹੈਗਾ ਗਾਈਡ ਕਰਦਾ। ਜ਼ਿਲ੍ਹਾ ਜਥੇਦਾਰ ਬਣ ਜਾਣਾ ਮਾੜੀ ਮੋਟੀ ਜਿਹੜੀ ਹੈਗੀ ਆ ਪੋਜੀਸ਼ਨਿੰਗ ਨਹੀਂ ਹੈਗੀ, ਬਹੁਤ ਵੱਡਾ ਅਹੁਦਾ, ਸਨਮਾਨਯੋਗ ਅਹੁਦਾ ਹੈਗਾ ਜੀ। ਜਿਵੇਂ ਅਕਸਰ ਨਿਊਜ਼ ਦੇ ਵਿੱਚ ਅਸੀਂ ਕੱਲ੍ਹ ਦੱਸ ਤੋਂ ਸੁਣ ਰਹੇ ਹਾਂ ਵੀ ਉਹਨਾਂ ਦੇ ਬੇਟਿਆਂ ਨੇ ਗੋਲੀ ਚਲਾਈ, ਪਰ ਇਹ ਜਿਹੜੀਆਂ ਗੱਲਾਂ ਵਾਪਰ ਰਹੀਆਂ ਨੇ ਪੰਜਾਬ ਦੀ ਧਰਤੀ 'ਤੇ ਪਹਿਲਾ ਇੰਸੀਡੈਂਟ ਨਹੀਂ, ਇਹਦੀ ਤਹਿ ਤੱਕ ਜਾਣਾ ਪਏਗਾ, ਇਹਦਾ ਜਿਹੜਾ ਕਿਤੇ ਨਾ ਕਿਤੇ ਸਾਨੂੰ ਉਹਦਾ ਪੇਪਰ ਵਰਕ ਜਿਹੜਾ ਖੰਗਾਲਣਾ ਪਏਗਾ ਜੀ। ਸਮੱਸਿਆ ਸਾਡੀ ਜਿਹੜੀ ਹੈਗੀ ਆ, ਜਿਹੜਾ ਪ੍ਰਸ਼ਾਸਨ ਹੈਗਾ, ਤੁਸੀਂ ਜੇ ਕਿਸੇ ਵੀ ਕਲੇਸ਼ ਦੀ ਜੜ ਦੇ ਵਿੱਚ ਜਾਓਗੇ ਤਾਂ ਉਹਦੇ ਜਿਹੜੇ ਹੈਗੇ ਆ ਲੁਕਵੇਂ ਫੈਸਲੇ ਜਾਂ ਫੈਸਲਿਆਂ ਦੇ ਉੱਪਰ ਕਲੈਰਿਟੀ ਨਾ ਹੋਣਾ, ਜਿਵੇਂ ਹੁਣ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਹਾਈ ਕੋਰਟ ਤੋਂ ਰਿਮਾਂਡ ਹੋਇਆ ਸੀ ਕੇਸ, ਉਹਨਾਂ ਨੇ ਕਹਿ ਦਿੱਤਾ ਸੀ ਵੀ ਜੇ ਤੁਸੀਂ ਇਹ ਟਰਾਂਸਫਰ ਵਾਲੀ ਜ਼ਮੀਨ ਜਿਹੜੀ ਪੰਚਾਇਤ ਲੈਣਾ ਚਾਹੁੰਦੀ ਹੈ ਤਾਂ ਉਹ DDPO ਦੇ ਜਾਓ ਜੀ, ਅਤੇ ਮਾਲ ਵਿਭਾਗ ਦੇ ਰਿਕਾਰਡ ਦੇ ਮੁਤਾਬਕ ਜਿਹੜੀ ਹੈਗੀ ਆ
ਜਿਹੜੀ ਆਪਣੇ ਮੁਲਜ਼ਮ ਧਿਰ ਹੈਗੀ ਆ ਉਹ ਉਹਦੇ ਵਿੱਚ ਬੋਲਦੀ ਆ ਰਿਕਾਰਡ ਦੇ ਵਿੱਚ, ਜਦੋਂ ਦੂਜੀ ਪਾਰਟੀ ਨੇ ਕੀ ਕਰਿਆ ਉਸਦੀ ਬੋਲੀ ਕਰਾਤੀ। ਇਹਦੇ ਲਈ ਮੈਂ ਤਾਂ ਇਹ ਕਹਿਣਾ ਜਿੱਥੇ ਉਹਨਾਂ ਅਨਸਰਾਂ 'ਤੇ ਜਿਨ੍ਹਾਂ ਨੇ ਕਾਨੂੰਨ ਹੱਥ ਦੇ ਵਿੱਚ ਲਿਆ ਉਹਨਾਂ ਦੇ ਨਾਲ ਨਾਲ ਸੈਕਟਰੀ 'ਤੇ ਜਿਹੜਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਆ ਖਾਸ ਕਰਕੇ DDPO 'ਤੇ ਵੀ ਪਰਚਾ ਦਰਜ ਕਰਨਾ ਚਾਹੀਦਾ, ਕਿਉਂਕਿ ਕਲੈਰਿਟੀ ਕੋਈ ਨਹੀਂ ਹੈਗੀ। ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਪਰਸਨਲ ਜ਼ਮੀਨ ਬੋਲਦੀ ਆ, ਤੁਸੀਂ ਇੱਕ ਰਿਮਾਂਡ ਹੋਏ ਕੇਸ ਦੇ ਆਧਾਰ ਦੇ ਉੱਤੇ ਉਹਦੀ ਬੋਲੀ ਕਰਾ ਦਿੰਦੇ ਹੋ। ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਜਿਹੜਾ ਇਨਪੁੱਟ ਦਿੱਤੇ ਜਾਂਦੇ ਨੇ ਉਹ ਕਲੇਸ਼ ਕਰਾਉਣ ਲਈ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਨੂੰ, ਉਹ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਨੇ ਅਤੇ ਪੰਜਾਬ ਦੇ ਪੰਚਾਇਤੀ ਜ਼ਮੀਨਾਂ ਦੇ ਬਹੁਤੇ ਕਲੇਸ਼ ਨੇ ਜਿਹੜੇ ਉਹ ਇਹਨਾਂ ਦੀ ਦੇਣ ਨੇ। ਹਜੇ ਲੋਕਾਂ ਦਾ ਆਪਸ ਦੇ ਵਿੱਚ ਇੰਨਾ ਕਲੇਸ਼ ਨਹੀਂ, ਪਰ ਇਹ ਇਸ ਪ੍ਰਕਾਰ ਦੇ ਫੈਸਲੇ ਸੁਣਾਉਂਦੇ ਨੇ। DDPO ਹੋ ਗਿਆ, BDO ਹੋ ਗਿਆ, ਡਾਇਰੈਕਟਰ ਪੰਚਾਇਤਾਂ ਹੋ ਗਿਆ, ਕਿ ਉਹਨਾਂ ਫੈਸਲਿਆਂ ਦੀ ਨਾ ਤਾਂ ਕੋਈ ਤਰਕਸੰਗਤ ਹੁੰਦੀ ਆ, ਨਾ ਉਹਨਾਂ ਦੀ ਕੋਈ ਇਫੈਕਟਿਵ ਜਿਹੜਾ ਹੈਗਾ ਉਹਦਾ ਅਸਰ ਹੁੰਦਾ, ਅਤੇ ਹਾਈਕੋਰਟ ਜਾ ਕੇ ਉਹ ਟੁੱਟ ਜਾਂਦੇ ਅਤੇ ਲੋਕ ਲੜੀ ਜਾਂਦੇ। ਲਾਲੀ ਜੀ, ਵੱਡੀ ਗੱਲ ਇੱਥੇ ਇਹ ਵੀ ਹੈ ਕਿ ਪੰਚਾਇਤੀ ਜ਼ਮੀਨ ਜਿਹੜੀ ਹੈ ਗੁਰਪ੍ਰੀਤ ਜੀ, ਕਿ ਉਹ ਮਤਲਬ ਨਿੱਜੀ ਹਿੱਤ ਵਾਸਤੇ ਜਾਂ ਜੇ ਟ੍ਰਾਂਸਫਰ ਹੋਏਗੀ ਤਾਂ ਉਹਦੇ ਵਿੱਚ ਹਿੱਤ ਦੇਖਿਆ ਜਾਏਗਾ ਕਿ ਇਹ ਪਬਲਿਕ ਦੇ ਹਿੱਤ ਵਿੱਚ ਟ੍ਰਾਂਸਫਰ ਕਰ ਰਹੇ ਜਾਂ ਨਿੱਜੀ ਹਿੱਤ ਵਾਸਤੇ, ਇਹ ਟ੍ਰਾਂਸਫਰ ਹੋ ਸਕਦੀ ਹੈ ਪਹਿਲਾਂ? ਦੇਖੋ ਜੀ, ਪਹਿਲਾਂ ਤਾਂ ਜਿਹੜੀ ਕੋਈ ਵੀ ਸਰਕਾਰੀ ਜਗ੍ਹਾ ਇਹ ਟ੍ਰਾਂਸਫਰ ਨਹੀਂ ਹੋ ਸਕਦੀ ਜੀ। ਇਹ ਤਾਂ ਇੱਕ ਜਿਹੜਾ ਜਿੱਦਾਂ ਹੁਣ ਤੁਸੀਂ ਅਕਸਰ ਸੁਣਿਆ ਜਿਹੜੇ ਅਕਾਲੀ ਦਲ ਦਾ ਪਿਛੋਕੜ ਲੈ ਲਓ, ਜ਼ਮੀਨਾਂ ਦਾ ਕਬਜ਼ਾ ਇਹਨਾਂ ਦਾ ਮੇਨ ਮੁੱਖ ਏਜੰਡਾ ਹੈ। ਕਾਂਗਰਸ ਦੇ ਵਿੱਚ ਵੀ ਬਹੁਤ ਬਿਲਕੁਲ ਕਾਂਗਰਸ ਦੇ ਸਾਰੇ ਕਾਂਗਰਸ ਦਾ ਕੁਲਜੀਤ ਸਿੰਘ ਨਾਗਰੇ ਦੇ ਰਾਜ 'ਚ ਤੁਸੀਂ ਇੱਕ ਵੀ ਐਸਾ ਦਿਖਾ ਦਿਓ ਵੀ ਕਿਸੇ ਇੱਕ ਬਿਸਵਾ ਵੀ ਕਿਸੇ ਕਾਂਗਰਸ ਦੇ ਵਰਕਰ ਨੇ ਜਾਂ ਕਿਸੇ ਹੋਰ ਨੇ ਵੀ ਅਧਿਕਾਰੀ ਨੇ ਇੱਕ ਬਿਸਵੇ ਦੀ ਵੀ ਇੱਧਰ ਤੋਂ ਉੱਧਰ ਹੋਈ ਹੋਈ। ਪਿਛਲੇ ਦਿਨੀ ਇੱਕ ਨਜ਼ਦੀਕ ਹੀ ਪਿੰਡ ਦੀ ਖਬਰ ਬੜੀ ਵਾਇਰਲ ਹੋਈ ਸੀ ਸਰ, ਕਿ ਪੰਚਾਇਤੀ ਜ਼ਮੀਨ ਪਿੰਡ ਦੇ ਲੋਕ ਨਹੀਂ ਸੀ ਚਾਹੁੰਦੇ, ਲੇਕਿਨ ਫਿਰ ਵੀ ਪੰਚਾਇਤੀ ਜ਼ਮੀਨ ਦੇ ਉੱਪਰ ਕੀਤਾ ਗਿਆ। ਬਿਲਕੁਲ ਨਹੀਂ ਕੀਤਾ ਗਿਆ, ਜੇ ਕੋਈ ਵੀ ਕਦਮ ਹੋਇਆ ਪਿੰਡ ਦੀ ਬਿਹਤਰੀ ਲਈ, ਇਲਾਕੇ ਦੀ ਬਿਹਤਰੀ ਲਈ ਚੱਕਿਆ ਹੈ। ਪ੍ਰੋਬਲਮ ਕਿੱਥੇ ਪੈਂਦੀ ਹੈ? ਜਿੱਥੇ ਜਦ ਕਿਸੇ ਕੋਲ ਨਿੱਜੀ ਜਿਹਦਾ ਸਵਾਰਥ ਹੈ, ਜੇ ਨਿੱਜੀ ਸਵਾਰਥ ਜਿੱਦਾਂ ਹੁਣ ਆਹ ਕੇਸ 'ਚ ਹੈ, ਇਹ ਨਿੱਜੀ ਸਵਾਰਥ ਸੀ। ਚਨਾਤਲ ਜੀ ਬੜੇ ਜ਼ਿੰਮੇਦਾਰ ਬੰਦੇ ਨੇ, ਜ਼ਿਲ੍ਹੇ ਦੇ ਪ੍ਰਧਾਨ ਨੇ ਜੀ, ਔਰ ਜਿੱਥੇ ਉਹਨਾਂ ਨੂੰ ਉਹ ਤੁਸੀਂ ਵੀ ਦੱਸਿਆ ਵੀ ਉਹ ਆਪਣੀ ਦਾਅਵੇਦਾਰੀ ਪੇਸ਼ ਕਰਦੇ MLA, ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਐਡੀ ਪੋਸਟ 'ਤੇ ਬੈਠਾ ਉਹਨੂੰ ਕਿਆ ਪੰਚਾਇਤੀ ਜ਼ਮੀਨਾਂ ਦੱਬਣ ਦਾ ਅਧਿਕਾਰ ਹੈ? ਲਾਲੀ ਜੀ ਕਹਿ ਰਹੇ ਨੇ ਕਾਂਗਰਸ ਦਾ ਕੋਈ ਮਤਲਬ ਅਜੇ ਤੱਕ ਹੋਇਆ ਹੀ ਨਹੀਂ ਹੈ। ਲਾਲੀ ਜੀ ਤੁਹਾਡੇ ਕੀ ਵਿਚਾਰ? ਜੀ, ਮੈਂ ਤੁਹਾਨੂੰ ਪਹਿਲਾਂ ਮੇਰੀ ਗੱਲ ਪੂਰੀ ਸੁਣਾਉਂਦਾ। ਦੂਜੀ ਗੱਲ ਦੇਖੋ, ਇੱਕ ਬਰਮਲੀ ਕੋਰਟ, ਮਾਨਯੋਗ ਕੋਰਟ ਨੇ ਆਰਡਰ ਦਿੱਤੇ ਵੀ ਠੀਕ ਹੈ ਪੰਚਾਇਤ ਦੀ ਜਗ੍ਹਾ, ਠੀਕ ਹੈ ਪੰਚਾਇਤ ਨੇ ਬੋਲੀ ਹੋਈ ਜੀ, ਬੋਲੀ ਆ ਕੱਲ ਤਾਂ ਹੋਈ ਨਹੀਂ ਬੋਲੀ ਜੀ, ਬੋਲੀ ਪੁਰਾਣੀ। ਜੇ ਕਿਸੇ ਨੂੰ ਕੋਈ ਇਤਰਾਜ਼ ਸੀ ਉਹ ਬੜੇ ਅਧਿਕਾਰੀ ਨੇ, DC ਸਾਹਿਬ ਨੇ, SSP ਸਾਹਿਬ ਨੇ, ਪੂਰਾ ਪ੍ਰਸ਼ਾਸਨ ਹੈ। ਲਾਲੀ ਜੀ ਕੀ ਜੀ ਕੀ ਹਾਈ ਕੋਰਟ ਦੇ ਵਿੱਚ ਕਿਸੇ ਦਾ ਕੇਸ ਚੱਲ ਰਿਹਾ ਹੋਵੇ ਤਾਂ ਉੱਥੇ ਬੋਲੀ ਹੋ ਸਕਦੀ ਹੈ? ਨਹੀਂ ਜੀ, ਕੇਸ ਸਾਰਾ ਹਾਈ ਕੋਰਟ ਨੇ ਪੰਚਾਇਤ ਦੇ ਹੱਕ 'ਚ ਕੇਸ ਦਿੱਤਾ ਸੀ। ਇਹ ਬਿਲਕੁਲ ਠੀਕ ਹੈ ਲਾਲੀ ਜੀ ਸਰ, ਉਹਦੇ 'ਚ ਮੈਂ ਟੈਕਨੀਕਲ ਮੈਂ ਫਿਰ ਦੱਸਣਾ ਚਾਹੁੰਦਾ, ਪਹਿਲਾਂ ਮੇਰੀ ਛੋਟੇ ਵੀਰ ਨੇ ਉਹਦੇ ਵਿੱਚ ਸਮੱਸਿਆ ਆਇਆ ਵੀ ਉਹ ਰਿਮਾਂਡ ਕੀਤਾ ਗਿਆ, ਰਿਮਾਂਡ ਕੀਤਾ ਗਿਆ, ਫੈਸਲਾ ਕੋਈ ਨਹੀਂ ਉਹਦੇ ਪਰ ਫੈਸਲਾ ਨਹੀਂ ਆਇਆ ਜੀ। ਮੈਂ ਤੁਹਾਡੀ ਦੀਆਂ ਗੱਲਾਂ ਸਹਿਮਤ ਹੈ ਜੀ, ਪਰ ਤੁਸੀਂ ਇਹ ਦੇਖੋ ਜਦ ਕੋਈ ਵੀ ਦਿੱਕਤ ਹੈ, ਜੇ ਜਗ੍ਹਾ ਦੱਬੀ ਹੋਈ ਸੀ ਜਿਹੜੀ ਦੂਜੀ ਪਾਰਟੀ ਦੀ ਕੋਰਟ 'ਚ ਗਈ ਨਾ ਜੀ ਜੀ, ਜੇ ਉਹਨਾਂ ਨੇ ਸਮੱਸਿਆ ਉਹਨਾਂ ਨੇ ਕੱਢ ਕੇ ਗੋਲੀਆਂ ਤਾਂ ਨਹੀਂ ਚਲਾਈਆਂ? ਨਹੀਂ ਚਲਾਈਆਂ, ਉਹ ਕੋਰਟ 'ਚ ਗਈ, ਜਾ ਕੇ ਮਾਨਯੋਗ ਕੋਰਟ 'ਚ ਆਪਣਾ ਪੱਖ ਰੱਖਿਆ, ਕੋਰਟ ਨੇ ਉਹਨੂੰ ਪੱਖ ਨੂੰ ਸਹੀ ਕੀਤਾ, ਕੋਰਟ ਨੇ ਡਾਇਰੈਕਸ਼ਨ ਕਰਤੀ ਵੀ ਆਹ ਪ੍ਰੋਬਲਮ ਹੈ, ਚਲੋ ਉਹ ਉਹਦਾ ਹੱਲ ਹੈ। ਜੇ ਇਹਨਾਂ ਨੂੰ ਕੋਈ ਦਿੱਕਤ ਸੀ ਜਾ ਕੇ ਕੋਰਟ 'ਚ, ਇਹ ਨਹੀਂ ਵੀ ਇੱਕ ਨੇਤੇ ਲੋਕ ਆਮ ਪਿੰਡ ਦੇ ਲੋਕ ਖੜੇ ਆ ਉੱਥੇ ਜਾ ਕੇ ਜਿਹਨੇ ਬੋਲੀਆਂ ਲਈ ਬੋਲੀ ਤਾਂ ਤੁਸੀਂ ਵੀ ਲੈ ਸਕਦੇ ਸੀ, ਜ਼ਰੂਰੀ ਤਾਂ ਨਹੀਂ ਸੀ ਪਿੰਡ ਦੇ ਲੈਣੀ, ਕੋਈ ਬਾਹਰੋਂ ਵੀ ਬੰਦਾ ਜਾ ਕੇ ਬੋਲੀ ਲੈ ਸਕਦਾ। ਸਾਡੇ ਕਮੇਟੀ 'ਚ ਬੋਲੀਆਂ ਹੋਈਆਂ, ਪਤਾ ਨਹੀਂ ਕਿੱਥੋਂ ਕਿੱਥੋਂ ਲੋਕਾਂ ਨੇ ਆ ਕੇ, ਦੇਖੋ ਬੋਲੀਆਂ, ਬੇਰੁਜ਼ਗਾਰੀ ਆ ਜੀ, ਲੋਕਡਾਊਨ 'ਚ ਪਹਿਲਾਂ ਹੀ ਲੋਕਾਂ ਨਾਲ, ਅੱਜ ਕੱਲ੍ਹ ਦਾ ਸਮਾਂ ਐਸਾ ਜਨਾਬ ਜਿਹੜਾ ਆਪਣੇ ਕੋਲ ਹੈ ਉਹ ਨਹੀਂ ਭਰੋਸਾ ਵੀ ਅਸੀਂ ਉਹਨੂੰ ਸਾਂਭ ਸਕੀਏ। ਲਾਲੀ ਜੀ ਕਹਿ ਰਹੇ ਨੇ ਕਿ ਫੈਸਲਾ ਆ ਚੁੱਕਾ ਸੀ, ਠੀਕ ਹੈ ਜੀ, ਦੂਜੀ ਗੱਲ, ਅਤੇ ਜੇ ਉਹਨਾਂ ਨੂੰ ਕੋਈ ਉਹਦੇ ਫੈਸਲੇ ਇਤਰਾਜ਼ ਸੀ ਜਾਂ ਉਹ ਜਾ ਕੇ ਅਪੀਲ ਕਰਦੇ, ਜਾ ਕੇ DC ਸਾਹਿਬ ਨੂੰ, ਕਿਸੇ ਵੀ ਉੱਚ ਅਧਿਕਾਰੀ ਨੂੰ ਆਪਣੀ ਅਪੀਲ ਵੀ ਸਾਨੂੰ ਆਹ ਪ੍ਰੋਬਲਮ ਹੈ, ਜਾ ਕੇ ਸਿਰਿਆਂ ਦੇਖੋ। ਮੈਂ ਤੁਹਾਨੂੰ ਦੱਸਦਾ, ਚਾਹੇ ਇਹ ਜ਼ਮੀਨਾਂ ਦਾ ਮਸਲਾ ਹੋਇਆ, ਚਾਹੇ ਤੁਸੀਂ ਕੋਈ ਮੁਲਾਜ਼ਮ ਆਪਣੀ ਕੁੜੀ ਦੀ ਜਾਨ ਬਚਾ ਲਏ, ਅਕਾਲੀ ਦਲ ਦਾ ਇਹ ਉਹਨਾਂ ਦਾ ਇਹ ਜਿਹੜਾ ਮੈਨੂਫੈਸਟੋ ਹੈ ਉਹਦੇ ਵਿੱਚ ਗੁੰਡਾਗਰਦੀ, ਸ਼ਰੇਆਮ ਗੋਲੀਆਂ ਮੈਨੂਫੈਸਟੋ ਦਾ ਇੱਕ ਹਿੱਸਾ ਹੈ, ਉਹ ਹਿੱਸਾ ਜਗ ਜਾਹਰ ਹੋ ਗਿਆ। ਤੁਸੀਂ ਦੱਸੋ, ਜਿਹੜਾ ਬੰਦਾ ਜ਼ਿਲ੍ਹੇ ਦਾ ਪ੍ਰਧਾਨ ਹੋਵੇ, ਕਾਂਗਰਸ ਦੀ ਅੱਜ ਵੀ ਸਰਕਾਰ ਹੈ ਜੀ, ਪਿੱਛੇ ਵੀ ਸਰਕਾਰਾਂ ਰਹੀਆਂ, ਤੁਸੀਂ ਮੈਨੂੰ ਇੱਕ ਵੀ ਦੱਸੋ ਵੀ ਕਾਂਗਰਸੀ ਬੰਦੇ ਨੇ ਇੱਥੇ ਆ ਕਬਜ਼ਾ ਕਰਿਆ? ਬਹੁਤ ਇਲਜ਼ਾਮ ਲੱਗੇ, ਬਹੁਤ ਇਲਜ਼ਾਮ। ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਰਿਹਾ ਜੀ, ਮੈਨੂੰ ਇੱਕ ਵੀ ਤੁਸੀਂ ਸਾਬਤ ਕਰੋ, ਠੀਕ ਹੈ, ਉਹ ਚਲੋ ਸਾਡੇ ਕਾਂਗਰਸ ਦਾ ਡਾਕਟਰ ਹਰਵੰਸ ਲਾਲ ਵੀ 15 ਸਾਲ ਰਹੇ, ਕੁਲਜੀਤ ਸਿੰਘ ਨਾਗਰਾ ਜੀ ਨੂੰ ਵੀ 10 ਸਾਲ ਹੋ ਗਏ ਜੀ, ਤੁਸੀਂ ਇੱਕ ਚੀਜ਼ ਸਾਬਤ ਕਰੋ
ਵੀ ਇਹ ਕੁਲਜੀਤ ਸਿੰਘ ਨਾਗਰਾ ਦੂਜੀ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜੀ ਉਸ ਪਿੰਡ ਦੀ ਸ਼ਾਮਲੈਟ ਜ਼ਮੀਨ ਬਹੁਤ ਹੈ ਉਹਦੇ ਵਿੱਚ ਜ਼ਿਆਦਾ 40-50 ਲੱਖ ਰੁਪਇਆ ਠੇਕਾ ਸਾਲ ਦਾ ਸਾਲਾਨਾ ਹੁੰਦਾ ਪਿਛਲੇ 10 ਸਾਲ ਦਾ ਤੁਸੀਂ ਰਿਕਾਰਡ ਕਢਾ ਲਓ ਜੀ ਇਹਨਾਂ ਦਾ ਚਨਾਤਲ ਜੀ ਦਾ ਮੁੰਡਾ ਸਰਪੰਚ ਰਿਹਾ ਜੀ ਤੁਸੀਂ ਉਹਦੇ ਉੱਤੇ 10 ਸਾਲ ਦਾ ਰਿਕਾਰਡ ਕਢਾ ਲਓ ਉਹਦੇ ਵਿੱਚ ਤੁਸੀਂ ਦੇਖੋ ਕੋਈ ਵਿਕਾਸ ਦਾ 2 ਪੈਸੇ ਦੇ ਵੀ ਕਿਤੇ ਲੱਗੇ ਨੇ ਲਾਲੀ ਜੀ ਮੈਂ ਤੁਹਾਡੇ ਕੋਲ ਆ ਰਿਹਾ ਕੀ ਪ੍ਰੈਜ਼ੈਂਟ ਸਥਿਤੀ ਜਦੋਂ ਪਿੰਡ ਦੇ ਵਿੱਚ ਬਣੀ ਤਾਂ ਉਸ ਵੇਲੇ ਪ੍ਰਸ਼ਾਸਨ ਕੀ ਕਰ ਰਿਹਾ ਸੀ ਸਰ ਦੇਖੋ ਮੈਂ ਫਿਰ ਕਹਿਣੀ ਚਾਹੁੰਦਾ ਇਹ ਜਿਹੜਾ ਇੱਕ ਤਾਂ ਪਿੰਡਾਂ ਦੇ ਵਿੱਚ ਜਿਹੜੀ ਪਾਰਟੀਬਾਜ਼ੀ ਆ ਉਹ ਇਹਦੇ ਲਈ ਜ਼ਿੰਮੇਵਾਰ ਵੀ ਹੁੰਦੀ ਆ ਜੀ ਦੂਜੀ ਸਮੱਸਿਆ ਜਿਹੜੀ ਮੈਂ ਫਿਰ ਵਾਰ ਵਾਰ ਕਹਿੰਦੇ ਹਾਂ ਇਹ ਟੈਕਨੀਕਲ ਫਾਲਟ ਜਿਹੜੇ ਨੇ ਦੇਖੋ ਜਿਹੜਾ ਆਮ ਬੰਦਾ ਜਾਂ ਪਿੰਡ ਦਾ ਚਾਹੇ ਉਹ ਕਿਸੇ ਪਾਰਟੀ ਦਾ ਨੁਮਾਇੰਦਾ ਵੀ ਹੋਵੇ ਜੀ ਉਹ ਕੋਈ ਆਰਡਰ ਤਾਂ ਕਰ ਨਹੀਂ ਸਕਦਾ ਕਿਉਂਕਿ ਇਹ ਟੈਕਨੀਕਲ ਫਾਲਟਸ ਦੇ ਆਧਾਰ ਦੇ ਉੱਤੇ ਇਹ ਲੜਾਈ ਹੁੰਦੀ ਆ ਕਲੇਸ਼ ਹੁੰਦੇ ਆ ਕਿਉਂਕਿ ਕਲੈਰਿਟੀ ਕੋਈ ਨਹੀਂ ਕਿਸੇ ਆਰਡਰ ਦੀ ਬਿਲਕੁਲ ਬਿਲਕੁਲ ਸਮੱਸਿਆ ਜਿਹੜੀ ਇੱਥੋਂ ਹੀ ਪੈਦਾ ਹੋਈ ਉਹ ਕੀ ਕਰਦੇ ਨੇ ਵਰਬਲੀ ਆਰਡਰ ਦਿੰਦੇ ਨੇ ਪਹਿਲਾਂ ਤਾਂ DDPO BDO ਨੂੰ ਫੋਨ ਕਰਦਾ ਵੀ ਚੱਕ ਕੇ ਬੋਲੀ ਕਰਾ ਦਿਓ ਧੱਕੇ ਨਾ ਕਰਾ ਦਿਓ ਜੀ ਇਹ ਆਮ ਰਵੱਈਆ ਜੇ ਤਾਂ ਉੱਥੇ ਕੋਈ ਸਿਆਣਾ ਜਿਹੜਾ ਸੈਕਟਰੀ ਹੋਵੇ ਪਿੰਡ ਦੇ ਵਿੱਚ ਪੰਚਾਇਤ ਸੈਕਟਰੀ ਜਾਂ ਪੰਚਾਇਤ ਅਫਸਰ ਉਹ ਕਹਿੰਦੇ ਸਾਨੂੰ ਰਿਟਰਨ ਦਿਓ ਬਿਲਕੁਲ ਰਿਟਰਨ ਚ ਦਿਓ ਤੇ ਰਿਟਰਨ ਇਹ ਦਿੰਦੇ ਨੇ ਇਹ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਆਪਾਂ ਜਿਹਨੂੰ ਕਹਿੰਦੇ ਹਾਂ ਵੀ ਹਿਡਨ ਟਰੁੱਥ ਜਿਹੜੀ ਹੁੰਦੀ ਆ ਪਿੱਛੇ ਲੁਕਮਾ ਪਰਦੇ ਪਿੱਛੇ ਉਹ ਪ੍ਰੈਸ਼ਰ ਹੁੰਦਾ ਉਹ ADC ਵੀ ਫੋਨ ਕਰਾ ਕੇ ਕਰਾਉਣ ਦਾ ਬੋਲੀ ਇਹ ਤਾਂ ਕੁਛ ਜਿਹੜਾ ਹੈਗਾ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਠੱਲ ਪਾਈ ਆ ਨਹੀਂ ਇਹ ਤਾਂ ਐਡੇ ਕਲਾਕਾਰ ਨੇ ਖਾਸ ਕਰਕੇ ਜਿਹੜੇ ਪੰਚਾਇਤ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਨੇ ਤਾਂ ਕੁਛ 96 ਦੇ ਮੇਰੇ ਕੋਲ ਫੈਸਲੇ ਦੀਆਂ ਕਾਪੀਆਂ ਪਈਆਂ ਵੀ ਅੱਜ ਫੈਸਲਾ ਤੁਸੀਂ ਕੇਸ ਦਾਇਰ ਕੀਤਾ 4 ਦਿਨ ਬਾਅਦ ਫੈਸਲਾ ਤੁਹਾਡੇ ਹੱਕ 'ਚ ਪੈਸੇ ਲੈ ਕੇ ਇਹ ਬਹੁਤ ਵੱਡੇ ਟੈਕਨੀਕਲ ਫਾਲਟ ਪੈਦਾ ਕੀਤੇ ਨੇ ਤਾਂ ਹਾਈ ਕੋਰਟ ਨੇ ਜਾ ਤੋੜੇ ਨੇ ਸੁਪਰੀਮ ਕੋਰਟ ਨੇ ਤੋੜੇ ਨੇ ਇਹ ਨਹੀਂ ਪ੍ਰਵਾਹ ਮਾਰਦੇ ਕਿਸੇ ਬਿਲਕੁਲ ਇਹ ਤਾਂ ਇਹ ਜੇ ਇਹ ਮਾੜਾ ਮੋਟਾ ਕੋਰਟ ਦਾ ਨਾ ਕੰਟਰੋਲ ਹੋਵੇ ਮਾਨਯੋਗ ਅਦਾਲਤ ਦਾ ਨਾ ਕੰਟਰੋਲ ਹੋਵੇ ਤਾਂ ਤੁਹਾਡੀ ਨਿੱਜੀ ਜ਼ਮੀਨ ਦੀ ਬੋਲੀ ਕਰਾਉਣ ਤੱਕ ਜਾਂਦੇ ਨੇ ਇਸ ਕਰਕੇ ਮੈਂ ਫਿਰ ਕਹਿਣਾ ਆਮ ਲੋਕ ਮੈਂ ਸਮਝਦਾ ਵੀ ਪੀੜਤ ਧਿਰਾ ਜਿਹੜੀ ਹੈਗੀ ਹੈ ਮੇਰੀ ਉਹਨਾਂ ਨਾਲ ਹਮਦਰਦੀ ਆ ਬਿਲਕੁਲ ਜੋ ਕੁਛ ਹੋਇਆ ਚਾਹੇ ਉਹ ਅਕਾਲੀ ਦਲ ਦਾ ਜ਼ਿਲ੍ਹਾ ਜਥੇਦਾਰ ਸੀ ਉਹਨਾਂ ਨੇ ਮਾੜਾ ਕੀਤਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਸੀ ਉਹਨਾਂ ਨੂੰ ਪੁਲਿਸ ਪਾਸ ਜਾਣਾ ਚਾਹੀਦਾ ਸੀ ਉੱਥੇ ਉਹ ਪਰਚਾ ਵੀ ਦਰਜ ਕਰਾ ਸਕਦੇ ਸੀ ਜਿਨ੍ਹਾਂ ਪਰ ਗੋਲੀਆਂ ਚਲਾਉਣ ਦੇ ਨਾਲ ਪਰ ਇੱਕ ਗੱਲ ਹੈ ਲਾਲੀ ਜੀ ਬਿਲਕੁਲ ਸਾਰਾ ਕੁਛ ਹੋ ਸਕਦਾ ਸੀ ਲੇਕਿਨ ਪ੍ਰੈਜ਼ੈਂਟ ਕਾਨੂੰਨ ਕਿੱਥੇ ਗਿਆ ਪ੍ਰੈਜ਼ੈਂਟ ਕਾਨੂੰਨ ਜਿਹੜੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਉਹ ਤਾਂ ਵੀ ਬਿਲਕੁਲ ਨਜ਼ਰ ਨਹੀਂ ਆ ਰਹੀ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਜੀ ਹੁੰਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜਿਹੜੀ ਹੁਣ ਸੀਮਤ ਆ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਜਿਹੜੀਆਂ ਇਸ ਕਮਰਿਆਂ ਤੱਕ ਸੀਮਤ ਰਹਿ ਗਈਆਂ ਨੇ ਕੋਈ ਨਹੀਂ ਪੁੱਛਦਾ ਵੀ ਆਮ ਲੋਕਾਂ ਦਾ ਸਵਾਲ ਇਹ ਵੀ ਉੱਠਦੇ ਨੇ ਮੈਂ ਪ੍ਰੈਜ਼ੈਂਟ ਸਰਕਾਰ ਤੇ ਵੀ ਉੱਠਦੇ ਨੇ ਮੇਰੀ ਗੱਲ ਸੁਣੋ ਜੀ ਜੇ ਨਾ ਤਾਂ ਉਸ ਟਾਈਮ ਕੋਈ ਜਿਹਦੇ ਹੀ ਤੁਸੀਂ ਗੱਲ ਕਰ ਰਹੇ ਹੋ ਨਾ ਤਾਂ ਉਸ ਟਾਈਮ ਕੋਈ ਬੋਲੀ ਸੀ ਜੀ ਹਰ ਟਾਈਮ ਹਰੇਕ ਪਿੰਡ 'ਚ ਪ੍ਰਸ਼ਾਸਨ ਤਾਂ ਨਹੀਂ ਲੱਗਿਆ ਰਹਿਣਾ ਬਿਲਕੁਲ ਨਾ ਤਾਂ ਕੋਈ ਬੋਲੀ ਸੀ ਨਾ ਹੀ ਕੋਈ ਕਬਜ਼ਾ ਲੈਣ ਗਿਆ ਇੱਕ ਬੋਲੀ ਕੁਛ ਦਿਨ ਪਹਿਲਾਂ ਹੋ ਗਈ ਠੀਕ ਹੈ ਬਰਬਲੀ ਬੰਦਾ ਦੇਖਣ ਗਿਆ ਵੀ ਮੈਂ ਬੋਲੀ ਦੀ ਜ਼ਮੀਨ ਲਿੱਤੀ ਉਹ ਕਿੱਥੇ ਆ ਜੀ ਇਹ ਤਾਂ ਬੰਦਾ ਦੇਖ ਹੀ ਸਕਦਾ ਨਾ ਪ੍ਰਸ਼ਾਸਨ ਦੀ ਲੋੜ ਕੀ ਹਥਿਆਰ ਲਿਜਾ ਕੇ ਮਤਲਬ ਦੇਖ ਸਕਦਾ ਹੋਵੇ ਨਹੀਂ ਨਹੀਂ ਕੋਈ ਹਥਿਆਰ ਨਹੀਂ ਸੀ ਉਹਨਾਂ ਕੋਲ ਜਿਹੜੇ ਬੰਦੇ ਡੈਥ ਹੋਈ ਹੈ ਜਾਂ ਜਿਹੜਾ ਬੰਦਾ ਡੈਥ ਹੋਈ ਉਹ ਤਾਂ ਵਿਚਾਰਾ ਕਿਸੇ ਗੱਲ 'ਚ ਨਹੀਂ ਉਹ ਤਾਂ ਖੜਾ ਸੀ ਇੱਕ ਪਿੰਡ ਦੀ ਆਮ ਬੰਦੇ ਆਪਾਂ 10 ਬੰਦੇ ਗਲੀ ਮਹੱਲਿਆਂ 'ਚ ਖੜੇ ਹਾਂ ਜਿਹਦੀ ਜ਼ਮੀਨ ਆ ਦੇਖਣ ਚਲੇ ਗਿਆ ਮੈਂ ਬੋਲੀ ਕਿੱਥੇ ਲਿੱਤੀ ਆ ਬਿਲਕੁਲ ਉਹ ਜਿਹੜਾ ਪਲੈਨਿੰਗ ਕਰਕੇ ਗੱਡੀਆਂ ਲਿਆ ਕੇ ਆ ਕੇ ਗੋਲੀਆਂ ਮਾਰਨੀਆਂ ਹੱਥ 'ਚ ਤਲਵਾਰਾਂ ਤੁਸੀਂ ਦੱਸੋ ਉਹਨਾਂ ਦੇ ਕਿਸੇ 'ਚ ਰੀਟ ਵੀ ਨਹੀਂ ਲੱਗੀ ਜਿਹੜੇ ਲੋਕ ਖੜੇ ਸੀ ਉਹਨਾਂ ਨੂੰ ਵੀ ਉਹਨਾਂ 'ਤੇ ਵੀ ਵਾਰ ਹੋਏ ਨੇ ਕਿਉਂ ਕਰੇ ਹਟਾਉਣ 'ਚ ਕੋਈ ਲੱਗ ਗਏ ਜਿਹੜਾ ਮੁੰਡੇ ਦੀ ਡੈਥ ਹੋਈ ਆ ਉਹ ਵਿਚਾਰੇ ਦਾ ਅੱਜ ਤੋਂ 7-8 ਸਾਲ ਦੀ ਜਦ ਉਹਦੀ ਉਮਰ ਸੀ ਉਹਦੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਸੀ ਅੱਜ ਉਹੀ ਪੋਜੀਸ਼ਨ ਉਹਦੇ ਬੇਟੇ ਨਾਲ ਹੋ ਗਈ ਲਾਲੀ ਜੀ ਇਸ ਸਮੇਂ ਪਾਰਟੀ ਉਸ ਪਰਿਵਾਰ ਦੇ ਨਾਲ ਖੜੀ ਦੇਖੋ ਪਾਰਟੀ ਹਰੇਕ ਪਰਿਵਾਰ ਨਾਲ ਜਿਹੜਾ ਜਾਇਜ਼ ਹੈ ਸਾਡੀ ਪਾਰਟੀ 'ਚ ਕੋਈ ਵੀ ਪੋਲੀਟੀਕਲ ਇੱਦਾਂ ਦੀ ਨਹੀਂ ਵੀ ਅਕਾਲੀ ਦਲ ਆ ਕਾਂਗਰਸ ਹੈ ਕੋਈ ਹੋਰ ਪਾਰਟੀ ਹੈ ਸਾਡੀ ਪਾਰਟੀ ਜਿਹੜਾ ਬੰਦਾ ਸਹੀ ਹੈ ਜਿਹੜਾ MLA ਸਾਹਿਬ ਜਿਹੜਾ ਬੰਦਾ ਹੱਕ ਸੱਚ ਦੀ ਆਵਾਜ਼ ਚੜਦਾ ਉਹਦੇ ਨਾਲ ਖੜੇ ਆ ਇਹ 'ਚ ਪਾਰਟੀਬਾਜ਼ੀ ਦਾ ਕੋਈ ਰੋਲ ਨਹੀਂ ਹੈ ਜੀ ਵੀ ਅਸੀਂ ਪਾਰਟੀ ਹਮੇਸ਼ਾ ਸਹੀ ਬੰਦੇ ਨਾਲ ਖੜੀ ਆ ਔਰ ਜਿਹੜਾ ਪਰਿਵਾਰ ਨਾਲ ਇਹ ਹੋਇਆ ਉਹਨਾਂ ਨਾਲ ਬਹੁਤ ਜ਼ਿਆਦਾ ਮੈਂ ਸਮਝਦਾ ਔਰ ਤੁਸੀਂ ਦੇਖੋ ਬੰਦਾ ਖੜਾ ਉਹਦੇ ਸਿਰੇ ਜਾ ਕੇ ਗੋਲੀਆਂ ਮਾਰ ਦੇਣੀਆਂ ਇੱਕ ਆਮ ਬੰਦੇ ਖੜੇ ਨੇ ਪਿੰਡ ਦਾ ਪਿੰਡ 'ਚ ਪ੍ਰਸ਼ਾਸਨ ਦੀ ਤਾਂ ਮੈਨੂੰ ਤਾਂ ਆਪਾਂ ਕਹੀਏ ਨਾ ਜੇ ਪ੍ਰਸ਼ਾਸਨ ਕੋਈ ਕਬਜ਼ੇ ਦਾ ਮੈਟਰ ਹੋਵੇ 6 ਵਜੇ ਕਿਸੇ ਨੇ ਕਬਜ਼ਾ ਤਾਂ ਲੈ ਲੈਣੀ ਸੀ ਲੈਣਾ ਜੀ ਜਾਂ ਕੋਈ ਬੋਲੀ ਨਹੀਂ ਸੀ ਜੇ ਬੋਲੀ ਦੇ ਜਦ ਬੋਲੀ ਹੋਈ ਉਹਦੇ ਅਧਿਕਾਰ 'ਚ ਉਸ ਟਾਈਮ ਕੋਈ ਲੜਾਈ ਹੁੰਦੀ ਜਾਂ ਉਦੋਂ ਕੋਈ ਝਗੜਾ ਹੁੰਦਾ ਤਾਂ ਆਪਾਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨ ਸਕਦੇ ਇੱਕ ਬੋਲੀ ਹੋ ਚੁੱਕੀ ਹੈ ਬੰਦੇ ਨੇ ਬੋਲੀ ਲੈ ਲਈ ਪੈਸੇ ਭਰ ਲਏ ਉਹ ਆਪਣੀ ਜ਼ਮੀਨ ਸਵਾਲ ਤਾਂ ਇੱਥੇ ਫਿਰ ਵੀ ਲਾਲੀ ਜੀ ਅੱਛਾ ਮੈਂ ਤੁਹਾਨੂੰ ਦੱਸਦਾ ਜਦ ਇਹ ਬੋਲੀ ਹੋਈ ਹੈ ਬੋਲੀ ਹੋਣ ਤੋਂ ਜੇ ਕਿਸੇ ਨੂੰ ਇਤਰਾਜ਼ ਹੈ ਉਹ ਜਾ ਕੇ DC ਸਾਹਿਬ ਕੋਲ SSP ਸਾਹਿਬ ਕੋਲ ਆਪਣੀ ਦਰਖਾਸਤ ਵੀ ਜੀ ਆਹ ਬੋਲੀ ਹੋਈ ਮੇਰੇ ਪਿੰਡ 'ਚ ਮੇਰੇ ਨਹੀਂ ਹੈ ਇਹਦੀ ਮੈਨੂੰ ਇਹਦੀ ਤਫਤੀਸ਼ ਕੀਤੀ ਜਾਵੇ ਇਹ ਤਾਂ ਕੋਈ ਗੱਲ ਨਹੀਂ ਜੀ ਵੀ ਤੂੰ ਜੇ ਕੋਈ ਜਾ ਕੇ ਉਹਦੇ ਦਾੜ ਦਾੜ ਗੋਲੀਆਂ ਮਾਰ ਕੇ ਪਰਿਵਾਰ ਹਥਿਆਰ ਸੀਗੇ ਲਾਲੀ ਜੀ ਜਿਸ ਹਥਿਆਰਾਂ ਦੀ ਵਰਤੋਂ ਕੀਤੀ ਗਈ
ਕੀ ਮਤਲਬ ਉਹਨਾਂ ਦੇ ਆਪਣੇ ਸੀਗੇ ਜਾਂ ਕੁਛ ਕਹਿ ਰਹੇ ਨੇ ਕਿ ਉਹ ਪਿਤਾ ਜੀ ਦੇ ਸੀਗੇ? ਨਹੀਂ ਨਹੀਂ, ਅਜੇ ਤੱਕ ਜਿਹੜੇ ਨੇ, ਜਿਹੜੇ ਦੋ ਉਹਦੇ ਵਿੱਚ ਇੱਕ ਸ਼ਾਇਦ ਪਿਸਟਲ ਸੀ ਤੇ ਇੱਕ ਜਿਹੜੀ ਹੈਗੀ ਆ ਗਨ ਸੀਗੀ 12 ਬੋਲਟ ਦੀ ਗਨ ਸੀ ਜੀ। ਉਹ ਦੋਨੇ ਉਹਨਾਂ ਦੇ ਨਿੱਜੀ ਅਸਲਾ ਲਾਇਸੈਂਸ ਸੀ ਜਿਹੜੇ ਬਣੇ ਹੋਏ ਨੇ ਜੀ। ਉਹ ਜਿਹੜੇ ਦੋ ਮੁੰਡੇ ਨਾਮਜ਼ਦ ਕੀਤੇ ਨੇ ਜਥੇਦਾਰ ਦੇ, ਉਹ ਸਵਰਨ ਸਿੰਘ ਦੇ ਬੇਟੇ ਹੀ ਨੇ ਜੀ। ਉਹ ਉਹਨਾਂ ਦੇ ਨਿੱਜੀ ਹਥਿਆਰ ਸੀ ਤੇ ਮੈਨੂੰ ਲੱਗਦਾ ਵੀ ਜਿਹੜਾ ਹੈਗਾ, ਜਿਹੜੇ ਚਸ਼ਮਸ਼ੀਦ ਗਵਾਹ ਨੇ ਦੱਸਿਆ, ਦੇਖੋ ਗੱਲ ਸੱਚੀ ਕਹਿਣੀ ਚਾਹੀਦੀ ਹੈ ਵੀ ਉੱਥੇ ਸਵਰਨ ਸਿੰਘ ਨਹੀਂ ਸੀ ਹਾਜ਼ਰ ਜੀ, ਮੌਕੇ ਤੇ ਹਾਜ਼ਰ ਨਹੀਂ ਸੀ, ਮੌਕੇ ਤੇ ਨਹੀਂ ਹਾਜ਼ਰ ਸੀ ਜੀ। ਹਾਂ, ਉਹਦੇ ਬੇਟੇ ਤੇ ਥੋੜੇ ਬੰਦੇ ਸੀ ਔਰ ਕਹਿੰਦੇ ਬਹੁਤ ਘੱਟ ਉਮਰ ਦੇ ਵਿੱਚ ਸਾਰੇ ਸਨ, ਕੋਈ ਸਿਆਣਾ ਉਹਨਾਂ ਦੇ ਵਿੱਚ ਸ਼ਖਸ ਨਜ਼ਰ ਹੀ ਨਹੀਂ ਆ ਰਿਹਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਇਹ ਜਿਹੜੀ ਗੈਰ ਜ਼ਿੰਮੇਵਾਰਾਨਾ ਪਹੁੰਚ ਸੀਗੀ ਦੋਨੇ ਤਰ੍ਹਾਂ ਦੀ, ਇਹ ਮਸਲਾ ਜਿਹੜਾ ਹੈਗਾ, ਮੈਂ ਫਿਰ ਕਹਿਣਾ ਵੀ ਪਾਰਟੀਬਾਜ਼ੀ ਆ ਜਿਹੜੀ ਉਹ ਕਿਤੇ ਨਾ ਕਿਤੇ ਲਿਆ ਕੇ ਖੜਾ ਕਰ ਦਿੰਦੀ ਆ। ਕਿਉਂਕਿ ਪਿੰਡਾਂ ਦੇ ਵਿੱਚ ਜਦੋਂ ਆਪਾਂ ਇਹ ਗੱਲ ਕਰ, ਜਦੋਂ ਮੈਂ ਜ਼ਮੀਨ ਲੈਣੀ ਆ ਨਾ ਜੀ, ਮੈਨੂੰ ਜ਼ਮੀਨ ਦੀ ਵੱਟ ਵੱਟ ਕੀ ਉਹਦੀ ਸਾਰੀ ਫਰਜ਼ ਦਾ ਪਤਾ ਹੁੰਦਾ ਵੀ ਮੈਂ ਕੀ ਲੈ ਰਿਹਾ। ਬਿਲਕੁਲ, ਕਦੇ ਕੋਈ ਦੇਖਣ ਨਹੀਂ ਜਾਂਦਾ। ਇਹ ਢਵੀਂ 'ਚ ਕਿਤੇ ਨਾ ਕਿਤੇ ਅਸੀਂ ਪਾਰਟੀਬਾਜ਼ੀ ਵਾਲੇ ਚੱਕਰ ਦੇ ਵਿੱਚ ਆ ਕੇ ਕਲੇਸ਼ ਨੂੰ ਇੱਥੇ ਤੱਕ ਪਹੁੰਚਾ ਦਿੰਦੇ ਹਾਂ। ਮੈਂ ਫਿਰ ਕਹਿਣਾ ਕਿ ਸੈਕਟਰੀ ਨੇ ਵੱਲ ਭਾਗ ਦਾ ਰਿਕਾਰਡ ਦੇਖਿਆ ਵੀ ਕੌਣ ਬੋਲਦਾ, ਕੌਣ ਬੋਲਦਾ। ਮੈਂ ਸਮਝਦਾ ਵੀ ਬਿਲਕੁਲ ਗਲਤ ਸੀ ਜਥੇਦਾਰ ਉਹਨਾਂ ਦਾ ਗੋਲੀ ਚਲਾਉਣਾ, ਉੱਥੇ ਜਾ ਕੇ ਤਲਵਾਰਾਂ ਚਲਾਉਣੀਆਂ, ਉੱਥੇ ਜਾ ਕੇ ਨਜਾਇਜ਼ ਕਿਸੇ ਦੇ ਪੁੱਤ ਨੂੰ ਮਾਰ ਦੇਣਾ, ਉਹ ਪੁੱਤ ਨਹੀਂ ਮੁੜਨਾ। ਸਾਡੇ ਇੱਕ ਸਰਦਾਰ ਭਾਗ ਸਿੰਘ ਲੰਬੜਦਾਰ ਹੁੰਦੇ ਸੀ, ਉਹਨਾਂ ਦਾ ਭਤੀਜਾ ਸੀ ਉਹ ਜੀ, ਤੇ ਉਹ ਵੈਸੇ ਹੀ ਜਿਹੜਾ ਹੈਗਾ ਜਿਵੇਂ ਰਾਹਗੀਰ ਖੜ ਜਾਂਦੇ ਨੇ ਉੱਥੇ ਖੜ ਗਿਆ ਸੀ ਜਾ, ਪਰ ਗੋਲੀ ਨੇ ਤਾਂ ਨਹੀਂ ਵੇਖਿਆ। ਬਿਲਕੁਲ, ਤੇ ਤੁਸੀਂ ਇਹ ਵੇਖੋ ਵੀ ਇੱਕ ਨਿਰਦੋਸ਼ ਬੰਦੇ ਦਾ ਮਾਰਿਆ ਜਾਣਾ, ਇਹ ਸਾਰੇ ਘਟਨਾਕਾਰਾਂ ਦੇ ਸਰਪੰਚ ਆਪਣੇ ਘਰੇ ਆ ਤੇ ਜਥੇਦਾਰ ਦੇ ਮੁੰਡਿਆਂ ਨੂੰ ਵੀ ਪ੍ਰੋਬਲਮ ਮੋਢੀ ਆ, ਉਹਨਾਂ ਨੂੰ ਫੜ ਕੇ ਪੁਲਿਸ ਅੰਦਰ ਦੇ ਦੇਗੀ, ਪਰ ਜਿਹੜਾ ਨਿਰਦੋਸ਼ ਚਲੇ ਗਿਆ ਉਹਨੂੰ ਕੰਪਨਸੇਟ ਕੌਣ ਕਰੇਗਾ? ਔਰ ਬਾਕੀ 4 ਜ਼ਖਮੀ ਨੇ, ਦੇਖੋ ਅਜੇ ਉਹਨਾਂ ਦੀ ਵੀ ਹਾਲਤ, ਉਹਨਾਂ ਦੀ ਵੀ ਹਾਲਤ ਜਿਹੜੀ ਆ ਮਾੜੀ ਆ, ਉਹਨਾਂ ਪਰ ਵੀ ਖਰਚਾ ਹੋਣਾ ਜੀ। ਗੱਲ ਇਹ ਆ ਵੀ ਜ਼ਮੀਨ 3 ਕਨਾਲਾਂ ਜੀ ਤੇ ਕਲੈਰਿਟੀ ਕਿਉਂ ਨਹੀਂ? ਮੈਂ ਫੇਰ ਵਾਰ ਵਾਰ ਪੁੱਛਦਾ, ਜਿਹੜੇ ਜ਼ਖਮੀ ਨੇ ਉਹਨਾਂ ਵਾਸਤੇ ਕੀ ਕਰ ਰਹੇ ਹੋ ਤੁਸੀਂ? ਦੇਖੋ ਜੀ, ਜ਼ਖਮੀ ਜਦ ਪਤਾ ਲੱਗਿਆ ਉਸੇ ਟਾਈਮ ਪ੍ਰਸ਼ਾਸਨ ਸਾਰਾ, ਸਾਰੇ ਡਾਕਟਰ ਸਾਹਿਬਾਂ ਪੂਰਾ ਉਹਨਾਂ ਦਾ ਕੀਤਾ, ਉਹਦੇ ਵਿੱਚ ਦੋ ਮੌਜੂਦ ਸਰਪੰਚ ਨੂੰ ਵੀ ਸ਼ਿਫਟ ਕੀਤਾ ਗਿਆ ਜੀ ਪਟਿਆਲੇ ਰਜਿੰਦਰਾ 'ਚ। ਇੱਕ ਦੇ ਢਿੱਡ 'ਚ ਛਰਲੇ ਸੀ, ਪੱਟ 'ਚ ਗੋਲੀ ਸੀ ਤੇ ਇੱਕ ਦੇ ਹੱਥ ਸੀ। ਅਸੀਂ ਮੌਕੇ 'ਤੇ ਜਾ ਕੇ ਪਹੁੰਚੇ ਤੇ ਜੋ ਵੀ ਉਹਨਾਂ ਨੂੰ ਫਸਟ ਏਡ ਦੇ ਕੇ, ਜਿਹੜੇ ਉਰੇ ਸੀ ਦੋ ਬੰਦੇ ਉਰੇ ਚੱਲ ਰਿਹਾ ਉਹਨਾਂ ਦਾ ਫਤਿਹਗੜ੍ਹ ਸਾਹਿਬ ਸ਼ਰੀਫ ਜੀ, ਦੋ ਪਟਿਆਲੇ ਪਹੁੰਚ ਗਏ ਔਰ ਪਰਮਾਤਮਾ ਉਹਨਾਂ ਨੂੰ ਸ਼ਕਤੀ ਦੇਵੇ ਔਰ ਅਸੀਂ ਕਹਿੰਦੇ ਵੀ ਉਹਨਾਂ ਦਾ ਬਚਾਅ ਹੋ ਜਾਵੇ। ਪਰ ਅਕਾਲੀ ਦਲ ਨੇ ਕੋਈ ਵੀ ਕਸਰ ਨਹੀਂ ਛੱਡੀ। ਇਹ ਜਿਹੜੀ ਗੁੰਡਾਗਰਦੀ ਹੈ ਇਹ ਅਕਾਲੀ ਦਲ ਦੇ ਖੂਨ 'ਚ ਹੀ ਹੈ ਔਰ ਉਹ ਜਿਹੜਾ ਹਵਾਲੇ ਮਾਰਦਾ ਸੀ, ਕਿਉਂ ਕਰਕੇ 3 ਸਾਲ ਤੋਂ ਇਹ ਆਪਣੇ ਫਤਿਹਗੜ੍ਹ ਦੀ ਜ਼ਿਲ੍ਹੇ ਦੀ ਗੱਲ ਕਰਾਂ, ਬਹੁਤ ਸ਼ਾਂਤੀ ਨਾਲ ਜਿਹੜੇ ਸਾਡੇ ਪ੍ਰਸ਼ਾਸਨ ਹੈ ਔਰ ਸਾਡੇ ਵਿਧਾਇਕ ਨੇ ਚਾਹੇ ਉਹ 3 ਨੇ ਬੜੇ ਪ੍ਰਸ਼ਾਸਨ ਦੇ ਦਾਇਰੇ 'ਚ ਰਹਿ ਕੇ ਸਭ ਕੁਝ ਚੱਲ ਰਿਹਾ ਸੀ ਔਰ ਇਹ ਜਦ ਤੱਕ ਉਹ ਕਹਿੰਦੇ ਨਾ ਚੀਜ਼ ਭਰੀ ਜਾਏ, ਉਹ ਘੜਾ ਸੀ ਉਹ ਭਰ ਗਿਆ ਵੀ ਇੰਨਾ ਚਿਰ ਤਾਂ ਅਕਾਲੀ ਦਲ ਚੁੱਪ ਬੈਠੇ। ਜਦੋਂ ਜਦੋਂ ਪਿੰਡਾਂ ਦੇ ਵਿੱਚ ਰਾਜਨੀਤੀ ਆਈ ਹੈ ਉਹ ਹਮੇਸ਼ਾ ਵਾਸਤੇ ਵਿਵਾਦਿਤ ਰਾਜਨੀਤੀ ਹੋਈ ਹੈ ਪਿੰਡ ਦੀ ਖਾਸ ਕਰਕੇ। ਕੀ ਪਿੰਡਾਂ ਦੇ ਵਿੱਚ ਜਿਹੜੀ ਰਾਜਨੀਤੀ ਇਸ ਸਮੇਂ ਚੱਲ ਰਹੀ ਹੈ, ਆਪਾਂ ਟੀਵੀ ਦੇ ਸਾਹਮਣੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰ ਲੈਂਦੇ ਹਾਂ ਔਰ ਦੇਖਣ ਨੂੰ ਸਾਰੀਆਂ ਗੱਲਾਂ ਸੱਚੀਆਂ ਲੱਗਦੀਆਂ ਨੇ, ਲੇਕਿਨ ਪ੍ਰੈਕਟੀਕਲੀ ਰੂਪ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਅਸਲੀਅਤ ਦਾ ਉਦੋਂ ਪਤਾ ਲੱਗਦਾ? ਦੇਖੋ ਜਿਹੜੀ ਹੁਣ ਪਿੰਡਾਂ 'ਚ ਰਾਜਨੀਤੀ ਚੱਲਦੀ, ਤੁਸੀਂ 172 ਪਿੰਡ ਹੈ ਸਾਡੇ ਹਲਕੇ 'ਚ, ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਹਲਕੇ 'ਚ ਜੀ ਜੀ, ਤੁਸੀਂ 172 ਪਿੰਡਾਂ ਦਾ ਪੂਰੀ ਮੀਡੀਆ ਜਾ ਕੇ ਸਰਵੇ ਕਰੋ। ਜਿਹੜੀ ਇਸ ਟਾਈਮ ਰਾਜਨੀਤੀ ਚੱਲ ਰਹੀ ਹੈ ਸਿਰਫ ਤੇ ਸਿਰਫ ਵਿਕਾਸ ਦੀ ਰਾਜਨੀਤੀ ਚੱਲ ਰਹੀ ਹੈ, ਕੋਈ ਪਾਰਟੀਬਾਜ਼ੀ ਦੀ ਰਾਜਨੀਤੀ ਨਹੀਂ ਚੱਲ ਰਹੀ। MLA ਸਾਹਿਬ ਤੁਸੀਂ ਸ਼ਹਿਰ 'ਚ ਵੀ ਔਰ ਪਿੰਡਾਂ 'ਚ ਇੰਨੇ ਫੰਡ ਲੈ ਕੇ ਆ ਰਹੇ ਨੇ, ਉਹ ਕਹਿੰਦੇ ਵੀ ਤੁਸੀਂ ਰਲ ਮਿਲ ਕੇ 1-7 ਤੇ ਬੈਠ ਕੇ, ਚਾਹੇ ਉਹ ਕਿਸੇ ਪਾਰਟੀ ਨੂੰ ਕਰਦਾ, ਪਾਰਟੀਆਂ ਤੁਸੀਂ ਉਸ ਟਾਈਮ ਕਰੋ ਜਾਂ ਇਲੈਕਸ਼ਨ ਹੈ, ਇੱਕ ਸਾਂਝੀ ਜਮਾਤ ਬਣਾ ਕੇ ਤੁਸੀਂ ਪਿੰਡ ਦਾ ਵਿਕਾਸ ਕਰੋ। ਸਿਰਫ ਤੇ ਸਿਰਫ 172 ਪਿੰਡਾਂ 'ਚ ਵਿਕਾਸ ਦੀ ਰਾਜਨੀਤੀ ਚੱਲ ਰਹੀ ਹੈ, ਨਾ ਕਿ ਅਕਾਲੀ ਦਲ ਦੀ, ਕੋਈ ਆਮ ਪਾਰਟੀ ਦੀ ਜਾਂ ਕਾਂਗਰਸ ਦੀ ਨੀਤੀ। ਔਰ ਹਰੇਕ ਸਰਪੰਚ ਨੂੰ ਕਿਹਾ ਗਿਆ ਔਰ ਪੰਚ ਨੂੰ, ਰਲ ਮਿਲ ਕੇ ਤੁਸੀਂ ਆਪਣੇ ਪਿੰਡ ਦਾ ਇਹਨਾਂ ਦੀ ਜਿਹੜੀ ਚਨਾਤ ਦੀ ਇਹਨਾਂ ਦੀ ਨੂੰਹ ਵੀ ਇੱਕ ਪੰਚ ਹੈ, ਇੱਕ ਜੁੱਟ ਹੋ ਕੇ ਕਰੇ। ਔਰ ਸਾਡੇ ਸਰਪੰਚ ਵੀ ਇਸ ਚੀਜ਼ ਨੂੰ ਹਟਾਉਂਦਾ ਉਹਦੀ ਵੀ ਬੰਬ ਅੜਤੀ, ਦੱਸੋ ਕੀ ਕਰੂਗਾ ਲਾਲੀ ਜੀ? ਵਾਕਈ ਪ੍ਰੈਸ਼ਨ 'ਚ ਨੇ, ਦੇਖੋ ਇੱਕ ਆਪਾਂ ਪਿੰਡ ਦਾ ਆਪਾਂ ਮੋਤਬਾਰ ਬਣਾਉਂਦੇ ਹਾਂ, ਮਤਲਬ ਬਿਲਕੁਲ ਪਿੰਡ ਦਾ ਮੋਤਬਾਰ ਇਸ ਕਰਕੇ ਬਣਾਉਂਦੇ ਹਾਂ ਵੀ ਜਦ ਉਹ ਆ ਜਾਏ ਉਹ ਕਿਸੇ ਗੱਲ ਨੂੰ ਨਿਬੇੜ ਸਕੇ ਜਾਂ ਕਿਸੇ ਨੂੰ ਕਹਿ ਕੇ ਉਹ ਰੋਕ ਸਕੇ। ਅੱਜ ਇਹ ਹਾਲਾਤ ਬਣ ਗਏ, ਪਿੰਡ ਦਾ ਮੋਤਬਾਰ ਹੀ ਬੰਦਾ ਵੱਢਿਆ ਜਾਂਦਾ ਜੀ, ਉਹ ਆਮ ਬੰਦੇ ਦਾ ਕੀ ਹਾਲ ਹੋਊਗਾ? ਹਜੇ ਤਾਂ ਤੁਸੀਂ ਸ਼ੁਕਰ ਕਰੋ ਅਕਾਲੀ ਦਲ ਦੀ ਸਰਕਾਰ ਨਹੀਂ ਹੈ। ਤੁਹਾਡਾ ਵੀ ਲੰਬਾ ਸਮਾਂ ਇਹਨਾਂ ਲੋਕਾਂ ਦੇ ਨਾਲ ਰਿਹਾ ਹੈ ਕਿ ਮਤਲਬ ਉਸੇ ਬੇਲਾਂ ਤੋਂ ਇਹ ਸਾਰਾ ਕੁਝ ਚੱਲਦਾ ਆ ਰਿਹਾ। ਇੱਕ ਦੂਜੇ ਨਾਲ ਜਿਹੜੀ ਸੱਤਾ ਦੇ ਵਿੱਚ ਹੈ ਉਹ ਆਪਣੀ ਪਾਵਰ ਦਾ ਇਸਤੇਮਾਲ ਕਰਦੀ ਹੈ। ਨਹੀਂ, ਸੱਤਾ ਦੇ ਵਿੱਚ ਨਾ ਕਹੋ ਤੁਸੀਂ ਜੀ, ਸੱਤਾ ਦੇ ਵਿੱਚ ਇਸ ਟਾਈਮ ਕਾਂਗਰਸ ਹੈ, ਤੁਸੀਂ ਦੱਸੋ ਵੀ ਕਿੱਥੇ ਕਾਂਗਰਸ ਹੈ? ਨਹੀਂ, ਮੈਂ ਉਹੀ ਗੱਲ ਕਿ ਜਿਹੜੀ ਸੱਤਾ ਅਸਲ 'ਚ ਕੀ ਹੈ ਜੀ,
ਜਿਹੜੀ ਵੀ ਪਾਰਟੀ ਮੈਂ ਕਿਸੇ ਉਹ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੰਨਾ ਜ਼ਰੂਰ ਕਹਿੰਦਾ ਵੀ ਤੁਸੀਂ ਪਿਛਲੇ ਸਾਲਾਂ 'ਚ ਦੇਖਿਆ 10 ਸਾਲ ਦੇ ਰਾਜ ਤੁਸੀਂ ਜਾ ਕੇ ਉਸ ਪਿੰਡ ਦਾ ਸਰਵਾ ਉਹਨਾਂ ਦਾ ਮੁੰਡਾ 5 ਸਾਲ ਸਰਪੰਚ ਰਿਹਾ ਠੀਕ ਹੈ ਉਹਨਾਂ ਦਾ ਪੂਰਾ ਰਾਜ ਦੱਸਦਾ ਵੀ ਉਹ ਤੁਸੀਂ ਇੱਕ ਜਿਹੜਾ ਆਪਾਂ ਕੀ ਤੋਂ ਆਸ ਰੱਖਦੇ ਹਾਂ ਵੀ ਜੇ ਕਿਤੇ ਆਪਾਂ ਨੂੰ ਕੋਈ ਕੁੱਟਦਾ ਮਾਰਦਾ ਆਪਾਂ ਪੁਲਿਸ ਕੋਲ ਜਾਊਂਗੇ ਹਾਲਾਤ ਕੀ ਬਣਾਏ ਉਹਨਾਂ ਨੇ ਵੀ ਪੁਲਿਸ ਦਾ ਮੁਲਾਜ਼ਮ ਆਪਣੀ ਕੁੜੀ ਨੂੰ ਨਹੀਂ ਬਚਾ ਸਕਿਆ ਦੇਖਿਆ ਨੀ ਤੁਸੀਂ ਅੰਮ੍ਰਿਤਸਰ ਬਿਲਕੁਲ ਬਿਲਕੁਲ ਕੀ ਹਾਲਾਤ ਬਣੇ ਜਨਾਬ ਪ੍ਰਸ਼ਾਸਨ ਇੱਕ ਮੁੱਠ ਹੋ ਕੇ ਖੜਾ ਤੁਸੀਂ ਦੇਖੋ ਰਾਤ ਹੀ ਪ੍ਰਸ਼ਾਸਨ ਮੁੱਖ ਤੇ ਪਹੁੰਚਿਆ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਔਰ ਉਸ ਤੋਂ ਬਾਅਦ ਜੇ ਲਾਲੀ ਜੀ ਨੇ ਮੇਰਾ ਭਰਾ ਨੇ ਇਹਨਾਂ ਨੇ ਕਿਹਾ ਵੀ ਪ੍ਰਸ਼ਾਸਨ ਉਸ ਤੁਸੀਂ ਵੀ ਕਿਹਾ ਵੀ ਪ੍ਰਸ਼ਾਸਨ ਕਿੱਥੇ ਖੜਾ ਪ੍ਰਸ਼ਾਸਨ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜੋੜਨ ਦਾ ਕਰਦਾ ਜਾਂ ਕਿ ਜਾ ਕੇ ਉੱਥੇ ਆਪਾਂ ਚੌਂਕੀਆਂ ਬਣਾਈਏ ਇਹ ਹਾਲਾਤ ਨਹੀਂ ਆਪਣੇ ਆਪਣੇ ਹਾਲਾਤ ਬਹੁਤ ਵਧੀਆ ਇਹ ਤਾਂ ਇੱਕ ਲੇਕਿਨ ਹਾਲਾਤ ਜਿਹੜਾ ਹੋ ਰਿਹਾ ਨਾ ਜਿਹੜਾ ਪਿੱਛੇ ਅਸਲ ਪ੍ਰੈਜ਼ੈਂਟ ਜਿਹੜਾ ਚੰਦਾਨਾ ਸਾਹਿਬ ਦੇ ਪਿੱਛੇ ਬੈਕ ਸੀ ਨਾ ਜਿਹੜਾ ਝੰਡਾ ਅਕਾਲੀ ਦਲ ਦਾ ਸੀ ਜੀ ਉਸ ਝੰਡੇ ਦੀ ਬਦੌਲਤ ਹੀ ਇਹ ਗੁੰਡਾ ਕਰਦੀ ਹੋਈ ਹੈ ਸਰ ਮੈਂ ਤੁਹਾਡੇ ਨਾਲ ਐਗਰੀ ਹਾਂ ਮੈਂ ਬਿਲਕੁਲ ਐਗਰੀ ਹਾਂ ਲੇਕਿਨ ਪ੍ਰਸ਼ਾਸਨ ਤੇ ਵੀ ਪ੍ਰੈਸ਼ਰ ਚ ਨੋੜਦੇ ਆ ਯਾਰ ਕਮਾਲ ਦੀ ਗੱਲ ਹੈ ਕਿ ਇੱਕ ਮਤਲਬ ਐਡਾ ਵੱਡਾ ਕਾਂਡ ਹੋ ਜਾਵੇ ਅਜੇ ਤੱਕ ਕੁਛ ਨਹੀਂ ਹੋਇਆ ਮਤਲਬ ਕੀ ਪ੍ਰਸ਼ਾਸਨ ਨੇ ਨਹੀਂ ਪ੍ਰਸ਼ਾਸਨ ਪੱਪਾ ਭਾਰ ਹੈ ਜੀ ਕੁਛ ਕਿਉਂ ਨਹੀਂ ਹੋਇਆ ਰੇਟਾਂ ਮਾਰ ਰਹੇ ਆ ਕੋਈ ਵੀ ਤੁਸੀਂ ਤੁਸੀਂ ਪ੍ਰੈਜ਼ੈਂਟ ਸਥਿਤੀ ਕੀ ਹੈ ਤੁਸੀਂ ਦੱਸੋ ਤੁਹਾਨੂੰ ਪ੍ਰੈਜ਼ੈਂਟ ਸਥਿਤੀ ਇਹ ਆ ਵੀ ਅਜੇ ਤੱਕ ਜਿਹੜੇ ਮੁਲਜ਼ਮ ਨੇ ਫਰਾਰ ਨੇ ਬਿਲਕੁਲ ਅਜੇ ਤੱਕ ਨਹੀਂ ਫੜਿਆ ਗਿਆ ਤੇ ਇਹ ਸਮੱਸਿਆ ਗੁਰਪ੍ਰੀਤ ਜੀ ਵੀ ਜਾਣਦੇ ਨੇ ਕਿਉਂਕਿ ਜਦੋਂ ਸਰਕਾਰ ਦੇ ਵਿੱਚ ਅਸੀਂ ਵੀ ਰਹੇ ਹਾਂ ਅਕਾਲੀ ਸਰਕਾਰ ਵੇਲੇ ਦੇਖੋ ਜਿਹੜਾ ਪ੍ਰਸ਼ਾਸਨ ਆ ਉਹ ਚੱਲ ਹੀ ਨਹੀਂ ਸਕਦਾ ਬਿਨਾਂ ਰਾਜਨੀਤਿਕ ਕੰਟੀਨਿਊਸ ਜਿਹੜਾ ਕੰਧ 'ਤੇ ਲਿਖਿਆ ਸੱਚ ਆ ਉਹਨਾਂ ਨੇ ਸਾਹ ਵੀ ਥੋਤੋਂ ਪੁੱਛ ਕੇ ਲੈਣੇ ਚਾਹੇ CA ਦਾ ਇੰਚਾਰਜ ਆ ਕੋਈ SP ਆ ਜਾਂ SSP ਤੁਹਾਡੀ ਸਿਫਾਰਸ਼ ਤੇ ਲੱਗਦਾ MLA ਦੀ ਸਹਿਮਤੀ ਤੋਂ ਬਿਨਾਂ ਜ਼ਰੂਰਤ ਨਹੀਂ ਵੀ ਕੋਈ SSP ਲੱਗ ਜਾਵੇ ਜਾਂ ਕੰਮ ਕਰ ਸਕੇ ਤੁਸੀਂ ਲਾ ਕੇ ਵੇਖ ਲਓ ਚੱਲ ਨਹੀਂ ਸਕਦਾ ਜੀ ਤੇ ਜਿਹੜੇ ਬਾਕੀ ਅਧਿਕਾਰੀ ਆ ਸਿਵਲ ਦੇ ਉਹਦਾ ਤਾਂ ਤੁਸੀਂ ਜੇ ਢੱਕਿਆ ਹੀ ਰਹਿ ਲਈ ਆਪਾਂ ਢੋਲ ਤਾਂ ਚੰਗਾ ਤੇ ਬਿਨਾਂ ਉਹ ਤੋਂ ਪਤਾ ਵੀ ਨਹੀਂ ਚੱਲਦਾ ਜੀ ਇਹ ਪਹਿਲਾਂ ਵੀ ਦਸਤੂਰ ਰਿਹਾ ਤੇ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਮੈਂ ਇੱਕ ਸਰਕਾਰ ਨਵੀਂ ਆਉਂਦੀ ਹੈ ਤਾਂ ਆਪਣੇ ਹਿਸਾਬ ਨਾਲ ਆਫੀਸਰ ਚੇਂਜ ਕਰ ਲੈਂਦੇ ਪਰ ਮੈਂ ਇਹ ਕਹਿਣਾ ਅਸੀਂ ਸਿਆਸੀ ਆਦਮੀ ਜਿਹੜਾ ਹੈਗਾ ਕਿਤੇ ਨਾ ਕਿਤੇ ਫੇਰ ਵੀ ਆਪਣਾ ਰਸੂਖ ਵਰਤ ਕੇ ਆਪਣੇ ਆਪ ਨੂੰ ਸੇਫ ਵੀ ਮਹਿਸੂਸ ਕਰਦੇ ਹਾਂ ਅਸੀਂ ਸਾਰਾ ਪੇਪਰ ਵਰਕ ਤੁਸੀਂ ਇੱਕ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਤੁਹਾਡਾ ਮੋਬਾਈਲ ਖੋਜਵੇ ਨਾ ਤੁਹਾਨੂੰ ਪੁੱਛਦੇ ਨੇ ਵੀ ਕਿੰਨੀ ਕੀਮਤ ਦਾ ਤੁਹਾਡਾ ਮੋਬਾਈਲ ਤੁਸੀਂ ਰਿਪੋਰਟ ਲਿਖਾਉਣ ਜੇ 10,000 ਤੋਂ ਘੱਟ ਆ ਕਹਿੰਦੇ ਜੀ ਇਹ ਤਾਂ ਅਸੀਂ ਸਰਚ 'ਤੇ ਨਹੀਂ ਲਾਉਂਦੇ ਇਹ ਟਮੀਨ ਜੀ ਗਰੀਬ ਆਦਮੀ ਦੀ ਇੱਥੇ ਕੋਈ ਦਿੱਕਤ ਨਹੀਂ ਕੋਈ ਉਹਦੀ ਮੋਬਾਈਲ ਜੇ ਤੁਹਾਡਾ 10,000 ਤੋਂ ਮਹਿੰਗਾ ਉਹਦਾ ਬਿੱਲ ਦਿਓ ਫਿਰ ਅਸੀਂ ਇਹਨੂੰ ਸਕੈਨ ਕਰਾਂਗੇ ਵੀ ਕੌਣ ਚੋਰੀ ਕਰਕੇ ਲੈ ਗਿਆ ਤੁਸੀਂ ਦੇਖੋ ਪ੍ਰਸ਼ਾਸਨ ਦਾ ਇਹ ਰਵੱਈਆ ਇਹ ਡੈਮੋਕਰੇਟਿਕ ਸੈਟਅਪ ਆ ਤੁਸੀਂ ਵਾਰ ਵਾਰ ਮੈਂ ਇਹ ਕਹਿਣਾ ਸਾਰੇ ਅਸੀਂ ਵੀ ਮੈਂ ਵੀ ਆਪਣੇ ਆਪ ਨੂੰ ਸਮਝਦਾ ਸੀ ਹਮਾਮ ਦੇ ਵਿੱਚ ਅਸੀਂ ਨੰਗੇ ਹਾਂ ਇਹ ਗੱਲ ਅਸੈਪਟ ਕਰਨੀ ਪਏਗੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਹ ਅਸੈਪਟ ਨਾ ਕੀਤਾ ਤਾਂ ਇਹ ਜਿਹੜੀਆਂ ਹੈਗੀਆਂ ਹੋਰ ਗੁੰਝਲਾਂ ਪੈਦਾ ਹੋਣਗੀਆਂ ਅਤੇ ਇਸ ਪ੍ਰਕਾਰ ਦੇ ਵਾਕੇ ਹੋਰ ਵੀ ਹੋਣਗੇ ਗੁੰਝਲਾਂ ਕੀ ਨੇ ਅਤੇ ਕਹਾਣੀ ਕੀ ਬਣ ਗਈ ਅਤੇ ਨਿਰਦੋਸ਼ ਦੀ ਜਾਨ ਚਲੇ ਜਾਂਦੀ ਠੀਕ ਆ ਉਹ ਕਹਿੰਦਾ ਬੱਕਰਾ ਜਾਨ ਤੋਂ ਗਿਆ ਅਤੇ ਖਾਣ ਵਾਲੇ ਨੂੰ ਸਵਾਦ ਨਾ ਆਇਆ ਅਤੇ ਇਹ ਸੈਕਟਰੀ ਨੂੰ ਸਾਰਾ ਪਤਾ ਹੁੰਦਾ ਵੀ ਇਹ ਜ਼ਮੀਨ ਦਾ ਅਸਲ ਦੇ ਵਿੱਚ ਮਸਲਾ ਕੀ ਆ ਬਿਲਕੁਲ ਜੇ ਉਹਦਾ ਟ੍ਰਾਂਸਫਰ ਹੋਇਆ ਸੀ ਪਹਿਲੀ ਗੱਲ ਮੈਂ ਇੱਕ ਟ੍ਰਾਂਸਫਰ ਵੀ ਦੱਸ ਦਵਾਂ ਛੇਤੀ ਕੀਤੇ ਪੰਚਾਇਤ ਵਿਭਾਗ ਦੀ ਜ਼ਮੀਨ ਟ੍ਰਾਂਸਫਰ ਨਹੀਂ ਹੋ ਸਕਦੀ ਜੀ ਪਰ ਇਹ ਸਿਆਸੀ ਅਸਰ ਰਸੂਖ ਸੀ ਜਥੇਦਾਰ ਸਵਰਨ ਸਿੰਘ ਦਾ ਜਿਹਨੇ ਕਰਵਾਈ ਉਹ ਕਹਿੰਦੇ ਵੀ ਉਹ ਪਹਿਲਾਂ ਟੋਭੇ ਵਾਲੀ ਜ਼ਮੀਨ ਛੱਡ ਕੇ ਜਿਹੜੀ ਘੱਟ ਕੀਮਤ ਦੀ ਸੀ ਉਹਨੇ ਵੱਧ ਕੀਮਤ ਦੀ ਜਿਹੜੀ ਰੋਡ ਦੇ ਨਾਲ ਲੱਗਦੀ ਉਹ ਜ਼ਮੀਨ ਲਈ ਪ੍ਰੋਬਲਮ ਤਾਂ ਹੋਈ ਨਾ ਕਿ ਮੈਂ ਫੇਰ ਕਹਿ ਰਿਹਾ ਵੀ ਪ੍ਰਸ਼ਾਸਨ ਜ਼ਿੰਮੇਵਾਰ ਆ ਇਹ ਫੈਲ ਜਿਹੜੀ ਮੰਤਰੀ ਤੱਕ ਜਾਂਦੀ ਹੈ ਤੇ ਕਿਵੇਂ ਹੋ ਗਈ ਆਮ ਬੰਦਾ ਜੇ ਤੁਸੀਂ 2 ਬਿਸਵੇ ਵੀ ਕਿਤੇ ਪੰਚਾਇਤ ਨੂੰ ਪ੍ਰਾਈਮ ਲੈਂਡ ਦੇਣੀ ਹੈ ਨਾ ਤੇ ਆਪ ਜੇ ਮਾੜੀ ਲੈਣੀ ਆ ਵੀ ਮੇਰੇ ਨਾਲ ਲੱਗਦੀ ਦੇ ਦਿਓ ਉਹਨੂੰ ਪੁੱਛ ਕੇ ਵੇਖੋ ਜੇ ਫਾਈਲ ਵੀਡੀਓ ਤੋਂ ਵੀ ਗਾਹ ਤੁਰ ਪਏ ਵੀਡੀਓ ਤੇ ਜਾਂਦੀ ਆ DDPO ਤੇ ਜਾਂਦੀ ਆ ਫਿਰ ਡਾਇਰੈਕਟਰ ਤੇ ਜਾਂਦੀ ਆ ਫਿਰ ਪੰਚਾਇਤ ਮੰਤਰੀ ਉਹਦੇ ਪਰ ਸਾਈਨ ਕਰਦਾ ਤੁਸੀਂ ਵੇਖੋ ਸਿਆਸੀ ਅਸਰ ਰਸੂਖ ਤੋਂ ਬਿਨਾਂ ਤਾਂ ਪਹਿਲਾਂ ਇਹ ਟ੍ਰਾਂਸਫਰ ਨਹੀਂ ਹੁੰਦੀ ਉਸ ਟ੍ਰਾਂਸਫਰ ਨੇ ਨਿੱਕੀ ਜੀ ਨੇ ਨਿਰਦੋਸ਼ ਦੀ ਇੱਕ 3 ਕਰਾਲ ਜਾਨ ਲੈ ਲਈ ਤੇ ਟੈਕਨੀਕਲ ਪ੍ਰੋਬਲਮਾਂ ਜਿਹੜੀਆਂ ਸਾਡੇ ਸਾਹਮਣੇ ਖੜੀਆਂ ਨੇ ਦੋਨੇ ਪਰਿਵਾਰਾਂ ਨੂੰ ਲੌਸ ਇਸ ਗੱਲ ਦਾ ਔਰ ਪਿੰਡ ਦੇ ਵਿੱਚ ਜਿਹੜੀ ਦੁਸ਼ਮਣੀ ਸੀ ਉਹ ਹੋਰ ਤਿੱਖੀ ਲਾਈਨ ਕੱਟ ਕੇ ਖੜੀ ਬਿਲਕੁਲ ਲਾਲੀ ਜੀ ਜਾਂਦੇ ਜਾਂਦੇ ਤੁਸੀਂ ਹੁਣ ਕੀ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉਸ ਤੇ ਦਾ ਕ੍ਰੀਏਟ ਹੋਇਆ ਹੈ ਲਾਲੀ ਜੀ ਨੇ ਕਿਹਾ ਫੈਲ ਮੈਂ ਤਾਂ ਇਹ ਵੀ ਮੰਗ ਕਰਦਾ ਪ੍ਰਸ਼ਾਸਨ ਕੋਲੋਂ ਵੀ ਜਿਹੜੇ ਮੰਤਰੀ ਦੇ ਟਾਈਮ ਤੇ ਹੋਈ ਉਹ ਮੰਤਰੀ ਤੇ ਵੀ ਪਰਚਾ ਆਉਣਾ ਚਾਹੀਦਾ ਔਰ ਜਿਹੜੇ ਜਿਹੜੇ ਇਹਦੇ ਵਿੱਚ ਉਸ ਟਾਈਮ ਅਧਿਕਾਰੀ ਸੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਕਿਉਂ ਕਰਕੇ ਜੇ ਪੰਚਾਇਤ ਨੂੰ ਕੋਈ ਮੋਹਤਵਾਰ ਸਰਪੰਚ MC ਬਣਦਾ ਉਹ ਲੋਕਾਂ ਨੂੰ ਜੋੜਨ ਹੁੰਦਾ ਔਰ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹਨੂੰ ਸਹੀ ਢੰਗ ਨਾਲ ਉਹਦੀ ਪੈਰਾਵਾਈ ਕਰਕੇ ਉਹਨੂੰ ਟੇਕੇ ਦੇ ਦੇ ਪਿੰਡ ਦਾ ਵਿਕਾਸ ਕਰਨ ਲਈ ਹੁੰਦਾ ਨਾ ਕਿ ਉਹ ਦੰਬਣ ਲਈ ਹੁੰਦਾ ਬਿਲਕੁਲ ਤੁਸੀਂ ਬਾਕੀ ਤੁਸੀਂ ਇਹ ਸਾਹਮਣੇ ਆ ਜਥੇਦਾਰਾਂ ਨੇ ਸਾਰਿਆਂ ਨੇ ਇਹ ਠੇਕਾ ਹੀ ਕਰ ਲਿਆ ਵੀ ਜੋ ਕਿਤੇ ਜ਼ਮੀਨ ਹੈ ਕਿਤੇ ਕੋਈ ਕਿਸੇ ਦਾ ਮਕਾਨ ਹੋਵੇ ਉਹ ਦੱਬਣਾ ਇਹ ਅਕਾਲੀ ਦਲ ਨੇ ਇੱਕ ਉਹਨਾਂ ਇਹਨਾਂ ਨੇ ਮੈਨੂਫੈਸਟੋ 'ਚ ਇਹਨਾਂ ਦੀ ਲਾਈਨ ਹੈ ਵੀ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਆ ਪਲਾਟ ਮਿਲਦਾ ਮਕਾਨ ਮਿਲਦਾ
ਕਿਸੇ ਨੂੰ ਦੱਬ ਲਓ, ਇਹ ਆਲਰੇਡੀ ਇਹਨਾਂ ਦਾ ਮੈਨੂਫੈਸਟੋ ਹੈ। ਜਥੇਦਾਰ ਜੀ ਨੇ ਕੋਈ ਨਵਾਂ ਕੰਮ ਨਹੀਂ ਕੀਤਾ, ਉਹ ਜਿਹੜਾ ਮੈਨੂਫੈਸਟੋ ਹੈ ਉਹਨੂੰ ਹੀ ਉਹ ਜਾਰੀ ਕਰ ਰਹੇ ਨੇ। ਉਹ ਉਹਨਾਂ ਦੇ ਮੁੰਡੇ ਨੇ ਹੁਣ ਉਹਨਾਂ ਨੇ ਛੱਡ ਕੇ ਮੁੰਡੇ ਨੂੰ ਕਮਾਂਡ ਦਿੱਤੀ। ਠੀਕ ਹੈ, ਤੁਸੀਂ ਇਹ ਦੇਖੋ ਵੀ ਇੱਕ ਪਿੰਡ 'ਚ ਜਿੱਥੇ ਅਸੀਂ ਜੰਮੇ ਪਲੇ, ਅਸੀਂ ਆਖਰੀ ਸਾਹ ਵੀ ਉੱਥੇ ਲੈਣੇ, ਉੱਥੇ ਜਾ ਕੇ ਅਸੀਂ ਗੋਲੀਆਂ ਚਲਾ ਕੇ ਇੱਕ ਲੋਕ ਵਿਚਾਰੇ ਖੜੇ ਅਸੀਂ ਮਾਰ ਦਈਏ, ਕਿੱਧਰ ਲਈ ਮੈਂ ਸਮਝਦਾ ਵੀ ਇਹ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਰ? ਦੇਖੋ ਇਸ ਪੂਰੇ ਮਸਲੇ ਮੈਂ ਫਿਰ ਇਹ ਕਹਿਣਾ ਚਾਹੁੰਦਾ, ਇੱਕ ਤਾਂ ਜੋ ਕਾਰਵਾਈ ਹੁਣ ਜਿਹੜਾ ਪ੍ਰਸ਼ਾਸਨ ਹਰਕਤ ਸੱਲੀ ਕਰਕੇ, ਇਹ ਨਾ ਹੋਵੇ ਵੀ ਜੇ ਉੱਥੇ ਪੰਜ ਬੰਦੇ ਤਾਂ ਪੰਜ ਦੇ ਪਰਚਾ ਹੋਵੇ ਜੀ, ਠੀਕ ਆ, ਤੇ ਜਿਹੜਾ ਜਿਹੜਾ ਦੋਸ਼ ਆ ਇਹ ਨਾ ਹੋਵੇ ਜਿਹੜੀ ਤੁਸੀਂ ਉਹ ਲਿਖਣੀ ਆ, ਜਿਹਨੂੰ ਜਿਹੜੀ ਇਬਾਰਤ ਲਿਖਣੀ ਆ ਤੁਸੀਂ, ਉਹ ਮੁਨਸੀ ਸਾਹਿਬ ਲਿਖਦੇ ਨੇ ਥਾਣੇ 'ਚ ਬਹਿ ਕੇ, ਤੇ ਮੁਨਸੀ ਕਿਸ ਤਰ੍ਹਾਂ ਲਿਖਦੇ ਨੇ ਮੈਂ ਚੰਗੀ ਤਰ੍ਹਾਂ ਬਾਕ, ਤੇ ਉਹ ਇਬਾਰਤ ਦੇ ਵਿੱਚ ਇਹ ਆ ਵੀ ਉਹ ਜਾਂਦੇ ਹੀ ਜਿਹੜੀ ਹੈਗੀ ਆ, ਕਈ ਵਾਰ ਤੁਸੀਂ ਵੇਖੋ ਵੱਡੇ ਵੱਡੇ ਕਤਲ ਕੇਸਾਂ 'ਚ ਬੰਦੇ ਜਮਾਨਤ ਲੈ ਜਾਂਦੇ, ਉਹ ਇਹ ਕਾਰਨ ਇਹ ਹੁੰਦਾ ਵੀ ਜਿਹੜਾ ਮੁਨਸੀ ਹੁੰਦਾ ਉਹ ਕਿਤੇ ਨਾ ਕਿਤੇ ਮੁਲਜ਼ਮਾਂ ਦੇ ਪ੍ਰਭਾਵ ਹੇਠ ਜਾਂ ਕਿਤੇ ਨਾ ਕਿਤੇ ਹੱਥ ਮਿਲਾ ਕੇ ਅੰਦਰ ਖਾਤੇ ਉਹ ਲਿਖ ਦਿੰਦਾ, ਤੇ ਉਹ ਵਾਰਤ ਜਿਹੜੀ ਹੈਗੀ ਆ, ਤੇ ਫਿਰ ਗਰੀਬ ਨੂੰ ਜਦੋਂ ਇਨਸਾਫ਼ ਨਹੀਂ ਨਾ ਮਿਲਦਾ ਫਿਰ ਉਹ ਅੰਦਰੋਂ ਹੌਂਕਾ ਲੈਂਦਾ। ਫਿਰ ਕੀ ਇਹ ਸਾਰਾ ਕੁਛ ਹੁਣ ਲਿਖਤ ਤੇ ਨਿਰਭਰ ਹੈ? ਬਿਲਕੁਲ, ਦੇਖੋ ਪੁਲਿਸ ਕੀ ਲਿਖੇਗੀ, ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰੀਏ, ਪੁਲਿਸ ਨੇ ਕੀ ਲਿਖ ਕੇ ਦੇਣਾ, ਕੀ ਪਰਚਾ ਦਰਜ ਹੋਣਾ, ਕੀ ਮੁੱਢਲੀ ਰਿਪੋਰਟ ਦੇ ਵਿੱਚ ਆਇਆ, ਕੀ ਜਿਹੜੀਆਂ ਮੈਡੀਕਲ ਰਿਪੋਰਟਸ ਨੇ ਉਹ ਕੀ ਕਹਿੰਦੀਆਂ ਨੇ, ਇਹ ਸਾਰੀਆਂ ਚੀਜ਼ਾਂ ਨੇ। ਮੈਂ ਤੁਹਾਨੂੰ ਫਿਰ ਇਹ 'ਚ ਨਵਾਂ ਟੈਕਨੀਕਲ ਜਿਹੜਾ ਪਾਰਟ ਦੱਸਦਾ, ਇਹ ਕੇਸ ਇੱਥੇ ਚਲੇ ਜਾਏਗਾ ਵੀ ਉਹਨਾਂ ਨੇ ਟ੍ਰੈਸ ਪਾਸ ਕੀਤਾ ਸਾਡੀ ਲੈਂਡ ਨੂੰ, ਪਿੰਡ ਦੇ ਬੰਦੇ ਸਾਡੀ ਜ਼ਮੀਨ ਦੇ ਵਿੱਚ ਆ ਵੜੇ, ਤੇ ਇਸ ਕਰਕੇ ਸਾਨੂੰ ਸੇਫਟੀ ਦੇ ਲਈ ਗੋਲੀ ਚਲਾਉਣੀ ਪਈ। ਔਰ ਮੈਂ ਇਹਦੀਆਂ ਐਗਜ਼ਾਮਪਲਾਂ ਨੇ ਕਾਂਗਰਸ ਅਕਾਲੀ ਦਲ ਦੇ ਬੜੇ ਬੜੇ ਲੀਡਰਾਂ ਦੇ ਵਿੱਚ, ਮੈਂ ਉਹਨਾਂ ਦੇ ਪਰਚੇ ਦੀਆਂ ਕਾਪੀਆਂ ਵੀ ਦੇ ਸਕਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਸੈਲਫ ਇੰਟਰਸਟ ਦੇ ਵਿੱਚ ਗੋਲੀ ਚਲਾਈ, ਆਪਣੀ ਸਵੈ ਰੱਖਿਆ ਵਾਸਤੇ ਅਸੀਂ ਗੋਲੀ ਚਲਾਈ। ਔਰ ਇਹਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਜਿਹੜੇ ਲੀਡਰ ਨੇ ਕਾਂਗਰਸ ਦੇ ਆਪਣੇ ਆਪ ਨੂੰ ਘਾ ਕਹਾਉਂਦੇ ਨੇ, ਬਹੁਤ ਕੇਸਾਂ 'ਚ ਉਹਨਾਂ ਨੇ ਜ਼ਮਾਨਤ ਲਈ ਆ ਸਵੈ ਰੱਖਿਆ ਵਾਲੇ ਚੱਕਰ ਦੇ ਵਿੱਚ। ਇਸ ਕਰਕੇ ਇਹ ਪੁਲਿਸ 'ਤੇ ਨਿਰਭਰ ਕਰੇਗਾ ਵੀ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੀ ਆ ਕਿ ਦੁੱਧ ਔਰ ਪਾਣੀ ਦਾ ਮਿਲਾ ਕੇ ਲੱਸੀ ਬਣਾਉਂਦੀ ਆ। ਬਿਲਕੁਲ ਜੀ, ਬਾਕੀ ਲਾਲੀ ਜੀ ਨੇ ਕਿਹਾ ਜੀ, ਪੁਲਿਸ ਦੀ ਗੱਲ ਹੈ, ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਤੁਹਾਡੇ ਚੈਨਲ ਦੀ, ਕਿਉਂ ਕਰਕੇ ਸਾਡੇ SSP ਸਾਹਿਬ, ਸਾਡਾ ਪੂਰਾ ਪ੍ਰਸ਼ਾਸਨ ਪੱਬਾ ਭਾਰ ਖੜਾ, ਜਿਹੜੇ ਜਿਹੜੇ ਹੋਇਆ ਇਹ ਪੂਰਾ ਜਿਹੜੇ ਪਰਿਵਾਰ ਨਾਲ ਇਹ ਹੋਇਆ, ਜਿਸ ਪਰਿਵਾਰ ਦਾ ਬੱਚਾ ਚਲੇਗਾ ਉਹਨੂੰ ਪੂਰਾ ਇਨਸਾਫ ਮਿਲੂਗਾ ਜੀ। ਔਰ ਪੂਰੀ ਰਾਤ ਪ੍ਰਸ਼ਾਸਨ ਨੇ, ਚਾਹੇ ਉਹ ਪਿੰਡ ਦੇ ਵਿੱਚ ਸੀ, ਚਾਹੇ ਉਹ ਜਿਹੜੇ ਇੰਜਰਡ ਸੀ ਉਹਨਾਂ ਨੂੰ ਬਚਾਉਣ 'ਚ ਪ੍ਰਸ਼ਾਸਨ ਨੇ ਇੱਕ ਜੁਟੀ ਦਾ ਜ਼ੋਰ ਲਾਦਾ, ਔਰ ਖਾਸ ਕਰਕੇ MLA ਸਾਹਿਬ ਨੇ ਉਸ ਪਰਿਵਾਰਾਂ ਦਾ ਰਾਤ ਆ ਕੇ ਮੈਡਮ ਨਾਗਰਾ ਨੇ ਇਕੱਲਾ ਘਰ ਵਾਲਾ ਪਰਿਵਾਰ ਨੂੰ ਰੈਫਰ ਕਰਾ ਕੇ ਸਾਰਾ ਉਹਨਾਂ ਦਾ ਮੈਡੀਕਲ ਕਰਾ, ਜ਼ਿੰਮੇਵਾਰੀ ਉਹਨਾਂ ਨੇ ਬੜੀ ਤਰੀਕੇ ਨਾਲ ਨਿਭਾਈ। ਰਾਤ 12-1 ਵਜੇ ਤੱਕ ਖੁਦ ਆਪ ਬਾਬਾ ਹੋ ਕੇ ਖੜੇ ਰਹੇ, ਔਰ ਪੂਰਾ ਪ੍ਰਸ਼ਾਸਨ SPD ਸਾਹਿਬ, SSP ਸਾਹਿਬ, ਡਿਪਟੀ ਸਾਹਿਬ, SHO ਸਾਰੇ, ਔਰ ਪੂਰਾ ਹੀ ਉਹ ਉਸ ਪਰਿਵਾਰ ਦੇ ਨਾਲ ਸਾਰੇ ਸਾਡੇ ਸਾਰਿਆਂ ਦੀ ਸਹਿਮਤੀ, ਜਿਹਦੇ ਨਾਲ ਵੀ ਨਜਾਇਜ਼ ਹੋਇਆ, ਅਸੀਂ ਪੂਰੀ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਉਹਦੇ ਨਾਲ ਖੜੀ ਹਾਂ। ਔਰ ਫਿਰ ਮੈਂ ਕਹਿਣਾ ਚਾਹੁੰਦਾ ਹੱਥ ਜੋੜ ਕੇ ਅਕਾਲੀ ਦਲ ਨੂੰ ਵੀ ਆਹ ਜਿਹੜੀ ਤੁਹਾਡੀ ਗੁੰਡਾਗਰਦੀ ਇਹਨੂੰ ਬੰਦ ਕਰੋ। ਜਿਹੜਾ ਮੈਨੂਫੈਸਟੋ 'ਚ ਇਹਨਾਂ ਦੇ ਲੀਡਰਾਂ, ਇਹਨਾਂ ਦੇ ਸੁਖਬੀਰ ਸਿੰਘ ਬਾਦਲ ਨੂੰ ਵੀ ਕਹਿਣਾ, ਜਿਹੜਾ ਮੈਨੂਫੈਸਟੋ 'ਚ ਤੁਹਾਡੇ ਵੀ ਤੁਸੀਂ ਆਹ ਜਿਹੜਾ ਗੁੰਡਾਗਰਦੀ ਔਰ ਜਿਹੜਾ ਇਹ ਜ਼ਮੀਨਾਂ ਦਾ ਵਿਵਾਦ ਹੈ ਇਹਨੂੰ ਬੰਦ ਕਰੋ, ਔਰ ਜਿਹੜੀ ਵਿਕਾਸ ਦੀ ਲੋਕਾਂ ਨੇ ਤੁਹਾਨੂੰ ਫਤਵਾ ਦੇ ਤਾ ਤੁਸੀਂ ਉਹ 'ਤੇ ਹੁਣ ਅਮਲ ਕਰਕੇ ਵਿਕਾਸ ਦੀ ਔਰ ਲੋਕਾਂ ਦੇ ਹਿੱਤ ਦੀ ਰਾਖੀ ਕਰੋ। ਜਿੱਥੇ ਅੱਜ ਦੇ ਮਾਹੌਲ 'ਚ ਸਾਨੂੰ ਇਹ ਲੱਗਦਾ ਵੀ ਸਾਡਾ ਜਿਹੜਾ ਆਪਣਾ ਉਹ ਜਿਹੜਾ ਕਰੋਨਾ ਵਾਲਾ ਮਾਹੌਲ ਚੱਲਦਾ ਉਹਦੀ ਆਸ ਨਹੀਂ ਵੀ ਉਹ ਬਚ ਜਾਵੇ, ਅਸੀਂ ਲੋਕਾਂ ਦਾ ਦੱਬਦੇ ਕੀ ਕਰਾਂਗੇ। ਲਾਲੀ ਜੀ ਬਹੁਤ ਬਹੁਤ ਮਿਹਰਬਾਨੀ, ਔਰ ਤੁਸੀਂ ਵਕਤ ਕੱਢਿਆ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਦੇ ਵਿੱਚ ਇੱਕ ਪਿੰਡ ਹੈ ਚਨਾਰਥਲ ਖੁਰਦ, ਔਰ ਜਿੱਥੇ ਕੱਲ੍ਹ ਰਾਤ ਇੱਕ ਮਤਲਬ ਸ਼ਾਮ ਲੜ ਦੀ ਜ਼ਮੀਨ ਨੂੰ ਲੈ ਕੇ, 3 ਵਿਘੇ ਜ਼ਮੀਨ ਹੈ ਉਸ ਨੂੰ ਲੈ ਕੇ ਔਰ ਗੋਲੀਬਾਰੀ ਹੋਈ ਹੈ। ਉਸ ਗੋਲੀਬਾਰੀ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਔਰ 4 ਲੋਕ ਬੁਰੀ ਤਰ੍ਹਾਂ ਜ਼ਖਮੀ ਨੇ, ਔਰ ਪੁਲਿਸ ਪ੍ਰਸ਼ਾਸਨ ਆਪਣੇ ਹਿਸਾਬ ਦੇ ਨਾਲ ਕੰਮ ਵਿੱਚ ਲੱਗਾ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਸਰਗਰਮੀਆਂ ਦੀ ਇਸ ਪੂਰੀ ਖਬਰ 'ਤੇ ਰਹੇਗੀ ਨਜ਼ਰ। ਗੁਰਪ੍ਰੀਤ ਜੀ ਬਹੁਤ ਬਹੁਤ ਮਿਹਰਬਾਨੀ, ਤਰਲੋਚਨ ਜੀ ਤੁਹਾਡੀ ਵੀ ਬਹੁਤ ਬਹੁਤ ਮਿਹਰਬਾਨੀ, ਵਕਤ ਕੱਢਿਆ। ਸੋ ਦੋਸਤੋ, ਤੁਹਾਨੂੰ ਸਾਡੀ ਇਹ ਡਿਸਕਸ਼ਨ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਕਮੈਂਟ ਵੀ ਦੇਣਾ। ਤੁਹਾਡੇ ਹਰ ਕਮੈਂਟ ਦਾ, ਹਰ ਤਰ੍ਹਾਂ ਦੇ ਕਮੈਂਟ ਦਾ ਅਸੀਂ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ। ਪੰਜਾਬੀ ਸਰਗਰਮੀਆਂ ਨੂੰ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ, ਸ਼ੇਅਰ ਕਰੋ ਔਰ ਜੁੜੇ ਰਹੋ ਪੰਜਾਬੀ ਸਰਗਰਮੀਆਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸੁਨਹਿਰੀ ਮੌਕਾ, ਹੁਣ ਸਭ ਬਣ ਸਕਦੇ ਨੇ ਕੋਠੀਆਂ ਦੇ ਮਾਲਕ। ਸਿਰਫ 5,000 ਪ੍ਰਤੀ ਮਹੀਨਾ ਕਿਸ਼ਤ ਦੇ ਕੇ ਬਣੋ ਆਲੀਸ਼ਾਨ ਕੋਠੀਆਂ ਦੇ ਮਾਲਕ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2,67,000 ਰੁਪਏ ਤੁਰੰਤ ਕੀਤੇ ਜਾਣਗੇ ਵਾਪਸ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ GK ਗਰੁੱਪ ਦੇ ਨਾਲ। GK ਗਰੁੱਪ ਹਰ ਵਿਅਕਤੀ ਦੇ ਸੁਪਨੇ ਕਰੇਗਾ ਸਾਕਾਰ ਤੇ ਜੀਵਨ ਵਿੱਚ ਆਏਗੀ ਨਵੀਂ ਬਹਾਰ।
ਵਧੇਰੇ ਜਾਣਕਾਰੀ ਲਈ ਤੁਸੀਂ ਵੀ ਨਿਕਲੋ ਘਰਾਂ 'ਚੋਂ ਬਾਹਰ ਅਤੇ ਸੰਪਰਕ ਕਰੋ ਇਸ ਨੰਬਰ 'ਤੇ ਜੀ ਕੇ ਗਰੁੱਪ ਦੇ ਨਾਲ। ਨੰਬਰ ਨੋਟ ਕਰੋ 9855100070 GK ਗਰੁੱਪ, ਸਰਹੰਦ ਰੋਡ, ਪਟਿਆਲਾ।